ਤੇ ਤੁਹਾਡਾ ਪਾਕਿਸਤਾਨ ਵਿੱਚ ਪਿੰਡ ਕਿਹੜਾ ਸੀਗਾ? ਪਾਕਿਸਤਾਨ ਸਾਡਾ ਪਿੰਡ ਲਵੇਰਾ ਸੀ ਜੀ, ਬੇਟੇ ਲਵੇਰਾ ਰੰਧਾਵਾ। ਤੇ ਤੁਹਾਡਾ ਇਸ ਟਾਈਮ ਤੇ ਸੰਪਰਕ ਹੈਗਾ ਉੱਥੇ ਕਿਸੇ ਨਾਲ? ਹਾਂ ਬੇਟਾ ਜੀ, ਉੱਥੇ ਮੇਰੇ ਚੰਗੇ ਦੋਸਤ ਨੇ ਅਮੀਰ ਜਾਮੀ ਸਾਹਿਬ, ਪੰਜਾਬੀ ਟੱਚ ਵਾਲੇ। ਉਹਨਾਂ ਨੂੰ ਮੇਰੀ ਪੁਰਜ਼ੋਰ ਅਪੀਲ ਹੈ ਕਿ ਮੇਰੇ ਪਿੰਡ ਦਾ ਕਿਤੇ ਵਿਊ ਵਿਖਾ ਦਿਓ, ਜਾਂ ਕੋਈ ਪੁਰਾਣਾ ਬਜ਼ੁਰਗ ਹੋਏ ਅਤੇ ਉਹਨਾਂ ਦੀ ਕੋਈ ਇੰਟਰਵਿਊ ਵਿਖਾ ਦਿਓ, ਸਾਡੇ ਬਜ਼ੁਰਗਾਂ ਦੀ ਪੁਰਾਣੀ ਯਾਦ ਤਾਜ਼ਾ ਹੋ ਜਾਵੇ। ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਜੀ। ਅੱਜ ਪੰਜਾਬੀ ਟੱਚ ਦੀ ਟੀਮ ਆਈ ਹੈ ਪਿੰਡ ਲਵੇਰਾ, ਲਵੇਰਾ ਰੰਧਾਵਾ, ਤਹਿਸੀਲ ਪਸਰੂਰ, ਤਹਿਸੀਲਾ ਸਿਆਲਕੋਟ। ਜੀ ਮੁਸਲਮਾਨਾਂ ਦੇ ਘਰ ਹਨ 7। ਅੱਛਾ। ਅਤੇ ਸਿੱਖ ਬਰਾਦਰ ਦੇ ਘਰ ਹਨ 6। ਠੀਕ। ਨਿਹਾਲਾ ਸਿੰਘ, ਵਾਹ ਜੀ ਵਾਹ। ਗੰਡਾ ਸਿੰਘ, ਮੁਤਾਬ ਸਿੰਘ, ਵੈਰੀ ਗੁੱਡ। ਤੇ ਜੱਗਾ ਸਿੰਘ, ਜੱਗੂ। ਅੱਛਾ ਬਾਬਾ ਜੀ, ਕਿਆ ਸਰ ਬੈਂਡ ਸੀ ਮੁਸਲਮਾਨਾਂ ਦਾ ਸਿੱਖ ਸਰਦਾਰਾਂ ਦਾ ਆਪਸ ਦੇ ਵਿੱਚ ਇੱਥੇ 47 ਤੋਂ ਪਹਿਲਾਂ? ਉਦੋਂ 47 ਵਿੱਚ ਇਸ ਤਰ੍ਹਾਂ ਸੀ, ਤੇਰੀ ਧੀ ਅਤੇ ਮੇਰੀ ਧੀ ਹੈ, ਤੇਰੀ ਮਾਂ ਅਤੇ ਮੇਰੀ ਮਾਂ ਹੈ, ਸਾਂਝੀ ਸੀ ਸਾਰਿਆਂ ਨੂੰ ਸਾਂਝੀ। ਕੋਈ ਵਿੱਚ ਨਹੀਂ ਸੀ, ਵਿੱਚ ਸਿੱਖਾਂ ਦੀ ਜਾਂ ਮੁਸਲਮਾਨਾਂ ਦੀ, ਰੰਗ ਇੱਕ ਹੁੰਦਾ ਸੀ। ਉਹਨਾਂ ਤੁਹਾਡੀ ਜੰਨਤ ਦੀ ਜਗ੍ਹਾ ਜੀ, ਤੁਸੀਂ ਮਾਈਆਂ ਦੋ ਸਾੜ ਛੋੜੇ, ਉਹਨਾਂ ਮਾਈਆਂ ਦੋ ਸਾੜੀਆਂ ਸੀ, ਪਿੱਛੋਂ ਜੀ ਲੰਬੜਦਾਰ ਗੰਡਾ ਸਿੰਘ ਜੀ ਮਾਂ, ਨਿਹਾਲਾ ਸਿੰਘ। ਗੰਡੂ ਸਿੰਘ ਤੇ ਨਿਹਾਲ ਸਿੰਘ, ਉਹਨਾਂ ਦੀ ਗੱਲ ਕਰਦੇ ਨੇ ਬਜ਼ੁਰਗ, ਪਾਕਿਸਤਾਨ ਸਾਡਾ ਪਿੰਡ ਲਵੇਰਾ ਸੀ ਜੀ, ਬੇਟੇ ਲਵੇਰਾ ਰੰਧਾਵਾ। ਅੱਛਾ, ਤੇ ਓਹਦੇ ਨਾਲ ਵੀ ਕੋਈ ਹੋਰ ਪਿੰਡ ਲੱਗਦੇ? ਹਾਂਜੀ ਹਾਂਜੀ ਬੇਟੇ, ਓਹਦੇ ਨਾਲ ਪਿੰਡ ਸਨ ਜਧਾਲਾ, ਕੋਟ ਕਰਾਲਾਂ ਦਾ, ਪਿੰਡੀ ਕਰਾਲਾਂ ਦੀ। ਹਾਂ, ਅਤੇ ਇਹਨਾਂ ਦੇ ਜਿਹੜੇ ਤਹਿਸੀਲ ਪਸਰੂਰ ਸੀ ਅਤੇ ਜ਼ਿਲ੍ਹਾ ਸਿਆਲਕੋਟ ਪੈਂਦਾ ਸੀ ਬੇਟੇ। ਅਤੇ ਇਹ ਕਿਹੜੀ ਸਾਈਡ 'ਤੇ ਜੇ? ਇਹ ਬੇਟੇ ਦੱਖਣ ਸਾਈਡ 'ਤੇ ਹੀ, ਛੱਪੜ ਦੇ ਲਾਗੇ ਸਾਡਾ ਘਰ ਹੁੰਦਾ ਸੀ। ਅਤੇ ਇਸ ਟਾਈਮ 'ਤੇ ਤੁਹਾਡਾ ਕੋਈ ਉੱਥੇ ਗਿਆ, ਕੋਈ ਬਾਹਰ ਹੈਗਾ? ਨਹੀਂ ਬੇਟੇ, ਕਿਸੇ ਸਮਝ ਨਾ, ਸਾਡਾ ਮੇਰਾ ਬਾਪ ਗਿਆ, ਪਿਤਾ ਜੀ ਨਾ, ਮੈਂ ਕੋਈ ਨਹੀਂ ਜਾ ਸਕੇ। ਅਤੇ ਤੁਹਾਡਾ ਇਸ ਟਾਈਮ 'ਤੇ ਸੰਪਰਕ ਹੈਗਾ ਉੱਥੇ ਕਿਸੇ ਨਾਲ? ਹਾਂ ਬੇਟਾ ਜੀ, ਉੱਥੇ ਮੇਰੇ ਚੰਗੇ ਦੋਸਤ ਨੇ ਅਮੀਰ ਜਾਮੀ ਸਾਹਿਬ, ਪੰਜਾਬੀ ਟੱਚ ਵਾਲੇ। ਉਹਨਾਂ ਨੂੰ ਮੇਰੀ ਪੁਰਜ਼ੋਰ ਅਪੀਲ ਹੈ ਕਿ ਮੇਰੇ ਪਿੰਡ ਦਾ ਕਿਤੇ ਵਿਊ ਵਿਖਾ ਦਿਓ, ਜਾਂ ਕੋਈ ਪੁਰਾਣਾ ਬਜ਼ੁਰਗ ਹੋਏ ਅਤੇ ਉਹਨਾਂ ਦੀ ਕੋਈ ਇੰਟਰਵਿਊ ਵਿਖਾ ਦਿਓ, ਸਾਡੇ ਬਜ਼ੁਰਗਾਂ ਦੀ ਪੁਰਾਣੀ ਯਾਦ ਤਾਜ਼ਾ ਹੋ ਜਾਏਗੀ। ਅਤੇ ਤੁਹਾਡਾ ਇਸ ਟਾਈਮ 'ਤੇ ਜੀ ਕਰਦਾ ਕਿ ਮੈਂ ਬਹੁਤ ਜੀ ਕਰਦਾ ਬੇਟੇ, ਬਹੁਤ ਜੀ ਕਰਦਾ ਉੱਡ ਕੇ ਚਲ ਜਾਈਏ ਆਪਣੇ ਪਿੰਡ ਨੂੰ, ਆਪਣੇ ਬਜ਼ੁਰਗਾਂ ਦੀ ਮਿੱਟੀ ਨੂੰ ਚੁੰਮੀਏ, ਜਿੱਥੇ ਸਾਡੇ ਬਜ਼ੁਰਗਾਂ ਨੇ ਜਨਮ ਲਿਆ, ਉਹ ਧਰਤੀ ਨੂੰ ਸਜਦਾ ਕਰੀਏ ਜਿੱਥੇ ਸਾਡੇ ਬਜ਼ੁਰਗ ਰਹਿੰਦੇ ਸਨ। ਸਤਿ ਸ਼੍ਰੀ ਅਕਾਲ, ਥੈਂਕ ਯੂ। ਜੀ ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਜੀ। ਅੱਜ ਪੰਜਾਬੀ ਟੱਚ ਦੀ ਟੀਮ ਆਈ ਹੈ ਪਿੰਡ ਲਵੇਰਾ, ਲਵੇਰਾ ਰੰਧਾਵਾ, ਤਹਿਸੀਲ ਪਸਰੂਰ, ਤਹਿਸੀਲਾ ਸਿਆਲਕੋਟ। ਇਹ ਜਨਾਬ ਅਸੀਂ ਤੁਹਾਨੂੰ ਵੀ ਦਿਖਾ ਰਹੇ ਹਾਂ ਪਿੰਡ ਲਵੇਰਾ ਦਾ, ਠੀਕ ਹੈ। ਇਹ ਅਸੀਂ ਪਿੰਡੂ ਪਹਾੜ ਵਾਲੀ ਬਾਈ ਖੜ੍ਹੇ ਹਾਂ, ਬਾਬਾ ਜੀ ਅਨੰਦਲਾ ਉਹਨਾਂ ਦੀ ਛੱਤ ਦੇ ਉੱਤੇ ਖੜ੍ਹੇ ਹਾਂ ਪਹਾੜ ਵਾਲੀ ਸਾਈਡ 'ਤੇ, ਠੀਕ ਹੈ। ਇਹ ਲਵੇਰੇ ਪਿੰਡ ਦੀ ਜ਼ਮੀਨ ਜਿਹੜੀ ਬਾਬਾ ਜੀ ਹੋਰਾਂ ਦੱਸੀਏ, ਗੰਡੂ ਸਿੰਘ ਅਤੇ ਨਿਹਾਲ ਸਿੰਘ 100 ਏਕੜ ਦੇ ਮਾਲਕ ਸਨ ਗੰਡੂ ਸਿੰਘ। ਇਹ ਤੁਹਾਨੂੰ ਸਾਰਾ ਨਜ਼ਾਰਾ ਅਸੀਂ ਦਿਖਾ ਰਹੇ ਹਾਂ ਗਲੀਆਂ, ਅਤੇ ਅਸੀਂ ਆਏ ਹਾਂ ਸਪੈਸ਼ਲ ਰਿਕੁਐਸਟ ਤਰਲੋਕ ਸਿੰਘ, ਵਲਦ ਬੂਟਾ ਸਿੰਘ ਅਤੇ ਵਲਦ ਸ਼ੇਪ ਦਿਆਲ ਸਿੰਘ। ਇਹ ਪਿੰਡ ਦਾ ਛੱਪੜ ਹੈ ਪਿੰਡੋਂ ਲਹਿੰਦੀ ਬਾਈ, ਉਹ ਜਿੱਥੇ ਬਿਲਡਿੰਗ ਨਜ਼ਰ ਆ ਰਹੀ ਹੈ ਤੁਹਾਨੂੰ, ਇੱਧਰ ਬਜ਼ੁਰਗ ਦੱਸਦੇ ਨੇ ਇਹਦੇ ਨਾਲ ਕਰਕੇ ਇੱਥੇ ਮੜੀਆਂ ਸਨ ਉਹਨਾਂ ਦੀਆਂ। ਅਤੇ ਸਿੱਖ ਸਰਦਾਰਾਂ ਦੇ ਘਰ ਵੀ ਹੈ ਸਨ, ਮੁਸਲਮਾਨਾਂ ਦੇ ਘਰ ਵੀ ਹੈ ਸਨ, ਅਤੇ ਯੋਗੀਆਂ ਦੇ ਘਰ ਵੀ ਹੈ ਸਨ। ਅਤੇ ਇਹ ਹੁਣ ਚੁੱਕ ਕੇ ਨਵੀਂ ਬਸਤੀ, ਸਾਰੇ ਮਕਾਨ ਜਿਹੜੇ ਪੁਰਾਣੇ ਸਨ ਬਸਮਾਨ ਕਰ ਦਿੱਤੇ ਗਏ, ਅਤੇ ਕੋਈ ਵੀ ਨਿਸ਼ਾਨੀ ਉਹ ਨਹੀਂ ਰਹੀ ਪੁਰਾਣੀ,
ਨੂੰ ਹੈ ਪਿੰਡੂ ਲੈਂਦੀ ਬਾਈ ਇਹਦੇ ਨਾਲ ਹੀ ਅੱਗੇ ਪਿੰਡ ਕਮਾਲਾ ਜਦਾਲਾ ਠੀਕ ਹੈ ਇਹਦੀ ਦੱਖਣ ਵਾਲੀ ਸਾਈਡ ਤੇ ਰੰਧਾਵਾ ਪਿੰਡ ਜਿਹੜਾ ਲਵੇਰਾ ਤੇ ਰੰਧਾਵਾ ਦੋ ਪਿੰਡ ਗਿਣੇ ਜਾਂਦੇ ਨੇ ਠੀਕ ਹੈ ਇਹ ਪਿੰਡੂ ਚੜ੍ਹਦੀ ਬਾਈ ਹੈ ਅਤੇ ਇਹ ਤੁਹਾਨੂੰ ਨਜ਼ਰ ਆ ਰਿਹਾ ਪਿੰਡ ਕੋਟ ਕਰਾਰ ਹੈ ਠੀਕ ਹੈ ਜੀ ਅਤੇ ਇਹਨਾਂ ਗਲੀਆਂ ਦੇ ਵਿੱਚ ਗੰਡੂ ਸਿੰਘ ਨਿਹਾਲ ਸਿੰਘ ਵਧਾਵਾ ਸਿੰਘ ਤਰਲੋਕ ਸਿੰਘ ਦੇ ਪਿਤਾ ਜੀ ਬੂਟਾ ਸਿੰਘ 22 ਸਾਲ ਦੀ ਉਮਰ ਸੀ ਜਿਹਨੂੰ ਉਹ ਇੱਥੋਂ ਹਿਜਰਤ ਕਰਕੇ ਗਏ ਉਹਨਾਂ ਦੇ ਵਾਲਦ ਸਾਹਿਬ ਜਿਹੜੇ ਸਨ ਸ਼ੇਖ ਦਿਆਲ ਸਿੰਘ ਕਿੰਗ ਵਜਾਉਂਦੇ ਹੁੰਦੇ ਸਨ ਉਹ ਬਾਬਾ ਜੀ ਨਾਲ ਸਾਰੀ ਗੱਲਬਾਤ ਕਰਾਂਗੇ ਪੂਰੀ ਸਾਂਝ ਪਾਵਾਂਗੇ ਪਿੰਡ ਦੇ ਉੱਤੇ ਠੀਕ ਹੈ ਜੀ ਇਹ ਉਹ ਗਲੀਆਂ ਤੁਹਾਨੂੰ ਅਸੀਂ ਉਹ ਨਜ਼ਾਰਾ ਸਾਰਾ ਦਿਖਾ ਦਿੱਤਾ ਅਤੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਤਰਲੋਕ ਸਿੰਘ ਸਾਹਿਬ ਨੂੰ ਜਿਨ੍ਹਾਂ ਦੀ ਰਿਕੁਐਸਟ 'ਤੇ ਅਸੀਂ ਲਵੇਰਾ ਪਿੰਡ ਆਏ ਉਹਨਾਂ ਦੀ ਬੜੀ ਤਮੰਨਾ ਬੜੀ ਚਾਹ ਸੀ ਬੜੀ ਤੜਪ ਸੀ ਉਹਨਾਂ ਨੂੰ ਕਿ ਅਸੀਂ ਲਵੇਰਾ ਪਿੰਡ ਆਏ ਇੱਕ ਦਿਨ ਜ਼ਰੂਰ ਆਏਗਾ ਕਿ ਤਰਲੋਕ ਸਿੰਘ ਸਾਹਿਬ ਆਪਣੇ ਇੱਥੇ ਜਨਾਬ ਆਪਣੇ ਅਬਾਊ ਜੀ ਦਾ ਜਿੱਥੇ ਜੰਮਨ ਭੂਮੀ ਸੀ ਉਹ ਗਲੀਆਂ 'ਚ ਫੇਰਨਗੇ ਉਹ ਅਤੇ ਪਿੰਡ ਦੇ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਮਾਣ ਦਿੱਤਾ ਅਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਦੱਸੀਆਂ ਆਓ ਜੀ ਅਸੀਂ ਕਰਦੇ ਹਾਂ ਬਾਬਾ ਜੀ ਅਨੈ ਸਾਹਿਬ ਨਾਲ ਗੱਲ ਜੀ ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਪ੍ਰਣਾਮ ਤਮਾਮ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਜਿੱਥੇ ਜਿੱਥੇ ਪੰਜਾਬੀ ਵਸਦਾ ਹੈ ਉਹਨਾਂ ਨੂੰ ਆਮਰ ਜਾਮੀ ਪੰਜਾਬੀ ਟੱਚ ਟੀਮ ਦਾ ਅਸਲਾਮ ਅਲੈਕਮ ਜੀ ਅੱਜ ਅਸੀਂ ਇੱਕ ਨਵੇਂ ਐਪੀਸੋਡ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏ ਹਾਂ ਸਾਡੇ ਬਹੁਤ ਹੀ ਅੱਛੇ ਬਜ਼ੁਰਗ ਦੋਸਤ ਤਰਲੋਕ ਸਿੰਘ ਸਾਹਿਬ ਇਹਨਾਂ ਦਾ ਪਿੰਡ ਸੀ ਲਵੇਰਾ ਰੰਧਾਵਾ ਦੋ ਪਿੰਡ ਨੇ ਅਤੇ ਲਵੇਰਾ ਪਿੰਡ ਦੇ ਰਹਿਣ ਵਾਲੇ ਸਨ ਉਹਨਾਂ ਦੇ ਬਾਬਾ ਜੀ ਦਾ ਉਹਨਾਂ ਦੇ ਵਾਲਦ ਸਾਹਿਬ ਦਾ ਨਾਂ ਸੀ ਬੂਟਾ ਸਿੰਘ ਅਤੇ ਦਾਦਾ ਜੀ ਦਾ ਨਾਂ ਸੀ ਉਹਨਾਂ ਦਾ ਸ਼ਿਵ ਦਿਆਲ ਸਿੰਘ ਅਤੇ ਇਹ ਜੋਗੀ ਬਰਾਦਰੀ ਤੋਂ ਬਿਲੋਂਗ ਕਰਦੇ ਸਨ ਅਤੇ ਜਦੋਂ 1947 ਦੇ ਉਜਾੜੇ ਪਏ ਤਾਂ ਇਹਨਾਂ ਨੇ ਹਿਜਰਤ ਕੀਤੀ ਅਤੇ ਇੰਡੀਆ ਚਲੇ ਗਏ ਉੱਥੇ ਅਹਿਮਦਾਬਾਦ ਰਹਿ ਜਿਹੜੇ ਹੈ ਤਹਿਸੀਲ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅਤੇ ਇਹ ਸਾਡੇ ਸਾਹਮਣੇ ਬਜ਼ੁਰਗ ਬੈਠੇ ਨੇ ਬਾਬਾ ਜੀ ਇਨਾਇਤੁੱਲਾ ਸਾਹਿਬ ਅਤੇ ਅਸੀਂ ਇਹਨਾਂ ਦੇ ਨਾਲ ਉਹ ਸਾਰੀ 1947 ਵੇਲੇ ਦੀ ਜਿਹੜੀ ਜਾਣਕਾਰੀ ਹੈ ਨਾ ਇਹ ਮਾਸ਼ਾਅੱਲਾ ਇੱਕ ਕੰਪਿਊਟਰ ਦੀ ਤਰ੍ਹਾਂ ਇਹਨਾਂ ਦੇ ਜ਼ਿਹਨ ਵਿੱਚ ਸੇਵ ਹੈ ਅੱਲਾਹ ਤਾਲਾ ਨੇ ਇਹਨਾਂ ਨੂੰ ਕੁਵਤ ਸਮਾਤ ਹਰ ਚੀਜ਼ ਤੋਂ ਨਵਾਜ਼ਿਆ ਅਤੇ ਹਰ ਚੀਜ਼ ਇਹਨਾਂ ਨੂੰ ਚੇਤੇ ਹੈ ਅਤੇ ਅਸੀਂ ਇਹਨਾਂ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਅਸੀਂ ਆਏ ਹਾਂ ਤਰਲੋਕ ਸਿੰਘ ਸਾਹਿਬ ਦੀ ਸਪੈਸ਼ਲ ਰਿਕੁਐਸਟ ਦੇ ਨਾਲ ਪਿੰਡ ਲਵੇਰਾ ਅਤੇ ਆਓ ਅਸੀਂ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ ਅਸਲਾਮ ਅਲੈਕਮ ਜੀ ਲਵੇਰੇ ਇਹਦੇ ਲਹਿੰਦੇ ਚੜ੍ਹਦੇ ਦੱਖਣ ਪਹਾੜ ਕਿਹੜੇ ਕਿਹੜੇ ਪਿੰਡ ਨੇ ਇਹਦੇ ਲਹਿੰਦੇ ਪਾਸੇ ਕਮਾਲਾ ਜਦਾਲਾ ਜੀ ਦੱਖਣ ਪਾਸੇ ਹਲਾਵੇਂ ਲਹਿੰਦੇ ਪਾਸੇ ਜੱਖੜ ਤੇ ਭਲਵਾਨਾ ਚੜ੍ਹਦੇ ਪਾਸੇ ਠੀਕ ਪਹਾੜ ਵੱਲ ਕੋਟ ਕਲਾਲ ਕੋਟ ਕਰਾਰ ਨੱਥੂ ਕਲੇਰ ਠੀਕ ਹੈ ਲਵੋ ਨਾ ਉਹ ਜਿਹੜੇ ਪਿੰਡ ਹੈ ਨਾਲ ਨਜ਼ਦੀਕ ਪੰਜ ਗਦਾਈਆਂ ਡੁਗਰੀ ਹਰੀਆਂ ਘੁੰਮਣਾ ਵਾਹ ਜੀ ਵਾਹ ਕਰੰਗਾਲੀ ਗੋਦਾ ਜੀ ਜੀ ਠੱਠੀ ਵੈਰੀ ਗੁੱਡ ਮਰਦਾਨਾ ਵੈਰੀ ਗੁੱਡ ਬੰਦ ਬਾਜਵਾ ਜੀ ਜੀ ਨੰਗਲ ਮਿਰਜਾ ਜ਼ਿੰਦਾਬਾਦ ਬਾਬਾ ਜੀ ਕੋਲੜੀ ਉਸ ਤੋਂ ਅੱਗੇ ਚੱਲਣਾ ਹਾਂ ਬਹੁਤ ਹੋ ਗਏ ਨੇ ਮੈਂ ਸਿਰਫ ਨਾ ਆਪਣੇ ਵਿਊਅਰ ਨੂੰ ਦੱਸਣਾ ਚਾਹੁੰਦਾ ਹਾਂ ਕਈ ਸਰਦਾਰਾਂ ਦੇ ਪਿੰਡ ਨਿਕਲ ਆਉਂਦੇ ਨਾ ਫਿਰ ਬੜੇ ਖੁਸ਼ ਹੁੰਦੇ ਨੇ ਤੇ ਮੈਂ ਪਹਿਲਾਂ ਗੱਲ ਕੀਤੀ ਕਿ ਬਾਬਾ ਜੀ ਦਾ ਕੰਪਿਊਟਰ ਹੈ ਹਰ ਚੀਜ਼ ਮਾਸ਼ਾਅੱਲਾ ਇਹਨਾਂ ਨੂੰ ਪਤਾ
अच्छा 1947 तो पहला लवेरा पिंड किड्डा वड्डा सी, किन्ने घर सन? अगे लवे उदो 1947 लवेरे दे विच मुसलमाना दे घर सन 7। अच्छा ते सिख बरादर दे घर सन 6। ठीक। निहाला सिंह, वाह जी वाह, गंडा सिंह, मुताब सिंह, वेरी गुड, ते जग्गा सिंह जग्गू, ते जग्गू थरखान जी जी, गंडा सिंह, आ सिख बता दे मकान घर सन, बाकी जोगी बता दे ज्यादा सी। ठीक है ठीक है। ते टोटल जरा इस पिंड का रकबा कि अंदाजे न? इस पिंड का रकबा सी 1100 किला। वाह जी वाह, 1100 कमा दे मालक सन जी। सब तो ज्यादा जमीन के मालक कौन सन? सब तो दो पार्टियां बराबर जी हैं, अद च जिमीदार मुसलमान सन। अच्छा, अद च सिख सन। लंबड़दार, लंबड़दार कौन सी? उदो लंबड़दार उदो पीरा दिता ते मुहम्मदीन, पीरा दिता ते मुहम्मदीन जी। लंबड़दार सन मुसलमाना दी? ना, मुहम्मदीन मुसलमाना दा लंबड़दार सी। अच्छा, ते पीरा दिता सिख बदार दा लंबड़दार सी। अच्छा, मतलब कि उन्हां दा नाम मुसलमाना वाला सी पीरा दिता जी। हां, ते इहनां दे दादा ही मुसलमान होया सी, कि पीरां ते दा प्यो ही गए, ये सिख बदार दे लंबड़ सन। अच्छा अच्छा, ठीक है। जिहड़ा पीरा दिता सी लंबड़दार उन्हां दी पत्ती दा जी, उन्हां दी जमीन पिंडू किहड़ी बई सी? पिंडू दे दूजे फेरे सी जमीन, साडे तो बेही मियां हन। अच्छा, नाले पार भी, थेज वाले भी, रोई भी। वेरी गुड, पार खूह दे दो सिखां दे दो मुसलमान दे। अच्छा, की हाल सी खूहां दी? ठीक ठाक ने, ढह गए हुण ते पूर कत्ते ने। हां, मैं कह किहदे नां ते बोले जांदे सन खूह? उदों इक ते लौड़ियां कहिंदा कि बोलिया गया सी, थोड़े दिन आए हन लो पिंडियों, रावल पिंडियों बाजी दे मुंडे। अच्छा, उहनां के खूह लवाया सी। ठीक, ते जिहड़े सिख सरदारां दे खूह सन पिंडू किहड़ी बई सन? पिंडू लहिंदे पासे नाले पार। किन्ने खूह सन उहनां दे जी? उहनां दे किन्ने खूह सन सिख सरदारां दे? उत्थे दो हन नाले पार जी, ते दो पिंडू दक्खण पासे हन। वेरी गुड, ते उहनां दे की हाल सी, किहड़े नां दे बोले जांदे हन? ना उदो नहीं हंडे बोले, उदो सांझा खाता बोला हिंदुआं दा खूह ते मुसलमान दा खूह। हां नहीं, उदो कई हुंदे हन पीपा लाला लाला, उदो इह गल कोई नहीं हुंदी, बोड़ वाला खूह। उदो पीपल वाला खूह आम बोलदे हन। अच्छा अच्छा, ठीक। वह खूह किन्ना किन्ना दे सन जिहड़े सन सरदारां चों? एक ते नशा उहनां दा होया सी, ते दूजा साडी होश तों गिता, उहदा नां नहीं चालू सी, पिया जी पिया खूह है। अच्छा अच्छा, ठीक है ठीक है। ते पिंड दी सारी जमीन नूं पाणी खूहां दे लांदे सो? उदो खूहां दे पाणी हन, घट पाणी हन बिलकुल, खूहां जूहां दे पाणी हन, आम बंजर जमीन पई। ठीक है ठीक है। अच्छा, मसीतां किन्नियां सन उदो पिंड दे विच? उहदे इक एक मस्जिद सी बोर्ड थल्ले। ਉਹ ਪਿੰਡੂ ਕਿਹੜੀ ਬਾਈ ਸੀ? ਉਹ ਲਹਿੰਦੇ ਪਾਸੇ ਖੂਹੀ ਵੀ ਤੇ ਬੋਰਡ ਵੀ, ਦਾਦਾ ਵੀ ਜ਼ਿੰਦਾਬਾਦ, ਤੇ ਮਸੀਤ ਵੀ। ਤੇ ਗੁਰਦੁਆਰਾ ਹੈ ਸੀ ਪਿੰਡ ਦੇ ਵਿੱਚ ਕੋਈ? ਨਹੀਂ। ਤੇ ਕਿੱਥੇ ਜਾਂਦੇ ਸਨ ਆਪਣੀ ਪੂਜਾ ਵਾਸਤੇ? ਇਹ ਆਮ ਤੌਰ ਤੇ ਘਰੋਂ ਘਰੀ ਆਪ ਨੂੰ ਜਾਣ, ਤੇ ਜ਼ਿਆਦਾ ਹੁੰਦਾ ਸੀ ਹਰਧਾਮੀ ਗੁਰਦੁਆਰਾ। ਅੱਛਾ, ਨਾਲ ਪਿੰਡ ਜਿਹੜੇ ਹਰਧਾਮੀ ਜਿਦਾਲੇ ਵੀ ਤੇ ਹਰਧਾਮੀ ਨਹੀਂ। ਠੀਕ ਹੈ। ਸਕੂਲ ਹੈ ਸੀ ਪਿੰਡ ਦੇ ਵਿੱਚ ਉਦੋਂ ਕੋਈ? ਨਹੀਂ। ਕਿੱਥੇ ਜਾਂਦੇ ਸਨ ਪੜ੍ਹਨ ਵਾਸਤੇ? ਹਰਧਾਮੀ ਹਰਧਾਮੀ ਜੀ। ਤੇ ਤੁਸੀਂ ਸਕੂਲ ਗਏ ਉਦੋਂ? ਥੋੜ੍ਹਾ ਜਿਹਾ ਗਏ ਹਾਂ। ਅੱਛਾ, ਕਿਹੜਾ ਸੀ ਮਾਸਟਰ ਤੁਹਾਡਾ ਉੱਥੇ? ਉਹ ਵਕਤ 'ਚ ਮਾਸਟਰ ਸਾਡਾ ਹੁੰਦਾ ਸੀ ਉਮਰਦੀਨ ਗੋਦੇ ਦਾ। ਉਮਰਦੀਨ ਕਿਹੜੇ ਪਿੰਡ ਦੇ ਸਨ? ਗੋਦੇ ਦੇ। ਅੱਛਾ, ਗੋਦੇ ਪਿੰਡ ਦੇ ਸਨ। ਅੱਛਾ, ਉਸ ਸਕੂਲ ਦੇ ਵਿੱਚ ਸਿੱਖ ਸਰਦਾਰਾਂ ਦੇ, ਹਿੰਦੂਆਂ ਦੇ, ਖੱਤਰੀਆਂ ਦੇ ਜਾਣੇ ਪੜ੍ਹਦੇ ਸਨ? ਜੀ ਹਾਂ, ਬੇ ਪਾੜੀਏ ਪੜ੍ਹਦੇ ਹਨ। ਕਿਸੇ ਦੇ ਨਾਂ ਚੇਤੇ ਵੀ ਕਿਸੇ ਦਾ? ਉਸ ਤੋਂ ਬਾਅਦ ਚੜ੍ਹਦੇ ਪਾਸੇ ਸਕੂਲ ਦੇ ਬੂਹੇ ਅੱਗੇ ਮੂੜ ਸਿੰਘ ਦੀਆਂ ਬੈਠਕਾਂ ਹੁੰਦੀਆਂ ਹਨ। ਅੱਛਾ, ਨਾਲ ਬਾਗ ਹੁੰਦਾ ਸੀ, ਨਾਲ ਖੋਹ ਖੂਹ ਹੁੰਦਾ ਸੀ ਜੀ ਜੀ, ਮਨ ਬੱਧੀ ਹੁੰਦੀ ਸੀ। ਠੀਕ, ਵੈਰੀ ਗੁੱਡ, ਸਹੀ। ਮੈਂ ਕਿਹਾ ਜਿਹੜੇ ਬੱਚੇ ਪੜ੍ਹਦੇ ਸਨ ਹਿੰਦੂਆਂ ਦੇ ਜਾਂ ਸਿੱਖਾਂ ਦੇ ਜੀ, ਕਿਸੇ ਦੇ ਨਾਂ ਚੇਤੇ ਹੋ ਜਿਹੜਾ ਤੁਹਾਡੇ ਨਾਲ ਤੁਹਾਡਾ ਕੋਈ ਹਾਨੀ ਹੋਏ? ਨਹੀਂ, ਉਹ ਨਾਂ ਹੀ ਇੰਨੇ ਨਹੀਂ ਯਾਰ, ਇਹਨਾਂ 'ਚ ਨਹੀਂ ਰਹਿ ਸਕਦੇ ਹੁਣ, 60 ਸਾਲ 70 ਹੋਣ ਡਏ ਨੇ। 74 ਅਤੇ ਕਿੰਨੀਵੀਂ ਤੱਕ ਸਕੂਲ ਸੀ ਉਹਨਾਂ ਨਵਿਆਂ ਦਾ? ਆਏ 13ਵੇਂ, ਪੰਜਵੀਂ ਦਾ ਸੀ ਉਹਨਾਂ ਦੇ ਬਾਅਦ 8ਵੀਂ ਦਾ ਹੋਇਆ ਸੀ, ਹੁਣ 10ਵੀਂ ਤੱਕ ਹੈ। ਠੀਕ ਠੀਕ। ਅੱਛਾ, ਇੱਦਾਂ ਕਿਤੇ ਕੋਈ ਕਬੱਡੀ ਵੀ ਹੁੰਦੀ ਹੈ, ਮੇਲਾ ਲੱਗਦਾ ਸੀ ਇੱਥੇ ਕਿਤੇ? ਆਮ ਕਰੰਗਾਲੀ, ਨੱਥੂ ਗਲੈਰ। ਅੱਛਾ, ਤਗੜਾ ਮੇਲਾ, ਜਿਹੜਾ ਤਗੜਾ ਮੇਲਾ ਸੀ? ਤਗੜਾ ਮੇਲਾ ਬਾਬਾ ਗੁੱਲੂ ਸ਼ਾਹ, ਬਾਬਾ ਗੁੱਲੂ ਸ਼ਾਹ ਮੰਡੀ ਮਸ਼ਹੂਰ ਵਾਲਾ ਪੂਰੇ ਪਾਕਿਸਤਾਨ ਦੇ, ਹਿੰਦੁਸਤਾਨ 'ਚ, ਇੰਡੀਆ 'ਚ, ਦੁਨੀਆ 'ਤੇ ਨਾਂ ਵੱਜਦਾ ਬਾਬੇ ਗੁੱਲੂ ਸ਼ਾਹ ਦੀ ਮੰਡੀ। ਮੈਂ ਕਿਹਾ ਉਹ ਤਾਂ ਪੂਰੀ ਦੁਨੀਆ 'ਤੇ ਨਾਂ ਵੱਜਦਾ ਸੀ ਉਹਨਾਂ ਦਾ। ਭਲਵਾਨ ਹੀ ਹੁੰਦੇ ਸਨ ਕਬੱਡੀਆਂ ਖੇਡਣ? ਕਬੱਡੀ ਸ਼ਾਹ ਹੁੰਦੀ ਸੀ,
ਕਿਹੜਾ ਪਹਿਲਵਾਨ ਸੀ ਸਿਰ ਕੱਢਵਾ ਉਦੋਂ? ਉਦੋਂ ਜੀ ਉਹ ਜ਼ਮਾਨੇ 'ਚ ਪਹਿਲਾਂ ਤਾਂ ਮਸ਼ਹੂਰ ਤਾਂ ਗੁੰਗਾ ਹੀ ਸੀ। ਹਾਂ ਬਿਲਕੁਲ। ਉਸ ਤੋਂ ਬਾਅਦ ਬੁਗਰਿਆਂ ਆ ਗਏ ਇਸ ਇਲਾਕੇ 'ਚ। ਉਸ ਤੋਂ ਬਾਅਦ ਫਿਰ ਕਈ ਮਿਓਂ ਆ ਗਏ, ਕੋਈ ਬਹੁਤੀਆਂ ਬਦਾਲੀ ਲੜ ਗਈਆਂ ਅਤੇ ਪਰ ਉਹ ਬਾਅਦ ਨਾਂ ਬਦਲ ਲਏ ਗਏ। ਉਹ ਤਾਂ ਬਾਬਾ ਠੋ ਹੁੰਦਾ ਸੀ, ਮੰਡੀ ਬੜੀ ਮਸ਼ਹੂਰ ਹੈ ਠੋ ਮੰਡੀ ਪਹਿਲੀ ਭਾਦੋ ਦੀ, ਅਤੇ 17 ਸੂਈ ਬਾਬਾ ਗੁਲੀ ਸ਼ਾਹ ਮਸ਼ਹੂਰ ਹੁੰਦਾ ਸੀ। ਉਸ ਤੋਂ ਉਰਾ ਹੁੰਦਾ ਸੀ ਮਸ਼ਹੂਰ, ਉਦੋਂ ਏਮਨਾਬਾਦ ਵਿਸਾਖੀ ਇੰਝ ਗੱਲ। ਅੱਛਾ ਬਾਬਾ ਜੀ, ਕਿਆਸਾ ਰਹਿਣ ਬਹਿਣ ਸੀ ਮੁਸਲਮਾਨਾਂ ਦਾ ਸਿੱਖ ਸਰਦਾਰਾਂ ਦਾ ਆਪਸ ਦੇ ਵਿੱਚ ਇੱਥੇ 47 ਤੋਂ ਪਹਿਲਾਂ? ਉਦੋਂ 47 ਵਿੱਚ ਇਸ ਤਰ੍ਹਾਂ ਸੀ, ਤੇਰੀ ਧੀ ਅਤੇ ਮੇਰੀ ਧੀ ਹੈ, ਵੈਰੀ ਗੁੱਡ, ਤੇਰੀ ਮਾਂ ਅਤੇ ਮੇਰੀ ਮਾਂ ਹੈ, ਸਾਂਝੀ ਅਸੀਂ ਸਾਰਿਆਂ ਦੀ ਸਾਂਝੀ, ਕੋਈ ਵਿੱਚ ਨਹੀਂ ਸੀ ਵਿੱਚ ਸਿੱਖਾਂ ਦੀ ਹੈ ਜਾਂ ਮੁਸਲਮਾਨਾਂ ਦੀ ਹੈ, ਲੰਘ ਇੱਕ ਹੁੰਦਾ ਸੀ ਸਾਰਿਆਂ ਭਰਾਵਾਂ ਦਾ ਹੀ। ਜੇ ਇੱਕ ਭਰਾ ਨੂੰ ਤਕਲੀਫ ਸਾਰਾ ਪਿੰਡ ਇਕੱਠਾ ਹੁੰਦਾ ਸੀ, ਅਫਸੋਸ ਹੁੰਦਾ ਸੀ ਕਿ ਭਰਾ ਨੂੰ ਤਕਲੀਫ ਕਿਉਂ ਆਈ ਹੈ। ਕਿਆ ਬਾਤ। ਅੱਛਾ ਜਦੋਂ ਸ਼ਾਦੀ ਵਿਆਹ ਆਉਂਦੇ ਸਨ ਤਾਂ ਕੱਪੜਾ ਟਾਕੀ ਕਿੱਥੋਂ ਖਰੀਦਣ ਜਾਂਦੇ ਸੋ, ਕਿਹੜਾ ਬਾਜ਼ਾਰ ਲੱਗਦਾ ਸੀ? ਉਦੋਂ ਪਸੂਰ ਵੀ ਆਏ ਸੀ, ਮਮੂਲੀ ਉਹਦੇ ਬਾਜ਼ਾਰ ਛੋਟੇ ਹੀ ਹਨ, ਇੱਕ ਅੱਧਾ ਕਿਸੇ ਸੂਟ ਲੈਣਾ ਹੁੰਦਾ ਸੀ ਦੋ ਜੀ ਜੀ, ਕਿਸੇ ਮੋਹਰਾ ਕੀਂਦੇ ਲੈ ਲਿਆ, ਕਿਸੇ ਬੋਸਕੀ ਲੈ ਲਈ, ਅਤੇ ਆਮ ਸੂਟ ਉਦੋਂ ਕੱਪੜਾ ਖੱਦਰ ਹੁੰਦਾ ਸੀ ਜੀ ਜੀ, ਜਿਹੜਾ ਮਿਲਦਾ ਹੀ ਨਹੀਂ। ਠੀਕ, ਵੈਰੀ ਗੁੱਡ। ਅਤੇ ਕਦੀ ਕੋਈ ਸਿੱਖ ਸਰਦਾਰਾਂ ਦਾ ਵਿਆਹ ਖਾਧਾ ਤੁਸੀਂ ਗਏ ਕਦੀ ਉਹਨਾਂ ਦੇ ਨਾਲ? ਯਾਰ ਜਿੰਦਾ ਸਾ ਇੱਕੋ ਬਰਾਦਰੀ ਹੁੰਦੀ ਸੀ, ਕਾਲੀ ਬਰਾਦਰੀ, ਉਹ ਸੀ ਕਾਲੀ ਬਰਾਦਰੀ ਜੱਟ ਸਨ। ਤੁਹਾਡੀ ਕਿਹੜੀ ਬਰਾਦਰੀ? ਅਸੀਂ ਦਦਰਾ ਬਰਾਦਰੀ ਹਾਂ, ਅਸੀਂ ਦਦਰਾ ਬਰਾਦਰੀ, ਸਾਡਾ ਪਿੰਡ ਪੀਲਾ ਉਹ ਭਾ ਗਏ। ਅੱਛਾ, ਦਦਰਾ ਬਰਾਦਰੀ ਜੱਟ ਜੀ। ਹਾਂ, ਠੀਕ ਹੋ ਗਿਆ। ਅਤੇ ਪਹਿਲਾਂ ਅਬਦਾਸ਼ੀ ਦੋ ਬਰਾਦਰੀਆਂ, ਭਿੰਡਰ ਅਤੇ ਕਾਲੂ, ਜਿਹੜੇ ਸਿੱਖ ਸਰਦਾਰ ਸਨ ਭਿੰਡਰ ਜੱਟ ਸਨ, ਉਹ ਕਾਲੂ ਜੱਟ ਸਨ। ਅੱਛਾ, ਜਿਹੜੇ ਸਿੱਖ ਸਰਦਾਰ ਕਾਲੂ ਜੱਟ ਸਨ, ਹਾਂ, ਦੂਸਰੇ ਭਿੰਡਰ? ਭਿੰਡਰ ਜੱਟ ਨੇ, ਕੁਛ ਕਾਲੂ ਜੱਟ ਨੇ। ਅੱਛਾ ਅੱਛਾ ਅੱਛਾ, ਠੀਕ ਹੋ ਗਿਆ। ਜਿਹੜੇ ਪੁਰਾਣੇ ਨੇ ਪਿੰਡ ਦੇ ਜੱਦੀ ਪਿੰਡ ਪੁਸਤੀ ਬਹਿਣ ਵਾਲੇ ਜੀ, ਉਹ ਕਾਲੂ ਜੱਟ ਨੇ, ਕਾਲੂ ਕਾਲੂ। ਭਿੰਡਰ ਜਿਹੜੇ ਨੇ ਬਾਹਰੋਂ ਆਏ ਨੇ ਮੰਗੂ ਸੰਗਤ ਤੋਂ, ਇਹ ਫਿਰ ਨਾਨਕੇ ਢੇਰੀ ਦੇ ਬੈਠੇ ਹੋਣਗੇ। ਹਾਂ, ਆਹੋ ਨਾਨਕੇ ਢੇਰੀ ਹੋਏਗੀ, ਜ਼ਬਰਦਸਤ। ਅੱਛਾ, ਹੋਰ ਜਿਹੜੇ ਲਾਂਭਦੇ ਪਿੰਡ ਤੁਸੀਂ ਨਾਂ ਲਏ ਨੇ ਜੀ, ਜ਼ਿਆਦਾ ਜ਼ੋਰ ਸਿੱਖ ਸਰਦਾਰਾਂ ਦਾ ਕਿਹੜੇ ਪਿੰਡ ਦੇ ਵਿੱਚ ਸੀ? ਸਿੱਖਾਂ ਦਾ ਹਰਦਾਮ ਵਿੱਚ, ਰਦਾਵੇਂ ਜੀ, ਮਤਲਬ ਕਿ ਅਕਸਰ ਹੀ ਖਾਦਾ ਉਹਨਾਂ ਦਾ ਹੀ ਤੇ। ਅੱਛਾ, ਉੱਥੇ ਤੁਸੀਂ ਕਿਸੇ ਸਿੱਖ ਸਰਦਾਰ ਦਾ ਨਾਂ ਚੇਤੇ ਤੁਹਾਨੂੰ? ਉਦੋਂ ਦਾ ਜੀ ਸਾਡੇ ਕੋਲ ਹੁਣ ਮਰਿਆ ਜੇ, ਆ ਵੇਖੋ ਨਾਂ ਭੁੱਲ ਗਿਆ, ਪੱਪੂ ਕੇ ਪਿਓ ਦਾ, ਮੈਂ ਫਿਰ ਸਾਹਿਬ ਪਾਈ ਉਹਨਾਂ ਦੀ ਮੇਰੇ ਕੋਲ ਰਹੀ ਹੁਣ ਤੱਕ, ਗਾਣੇ ਦੱਸਦਾ ਜੀ ਨੇ। ਚਲੋ ਗਰਦਾਰੀ, ਹਾਂ ਲਵੋ ਨਾ, ਬਿਲਕੁਲ, ਦਰਸ਼ਨ ਜੀ ਸਿੱਖ ਸੀ, ਗਰਦਾਰੀ ਬਾਹਮਣ ਸੀ, ਅੱਗੋਂ ਲਾਲੋ ਬਾਹਮਣ ਹੈ ਜੀ, ਹੋਰ ਕੋਈ ਬਾਹਮਣ ਨਹੀਂ ਸਿੱਖ ਨਹੀਂ ਸਨ। ਠੀਕ, ਉਹਦੇ ਮੁੰਡੇ ਨੇ ਸ਼ਰੀਫ ਅਤੇ ਤਾਲਬ ਉਹਨਾਂ ਬੰਨ ਅੱਡੇ 'ਤੇ ਜਾ ਕੇ ਦੁਕਾਨਾਂ ਪਾਈਆਂ ਉਹਨਾਂ ਨੇ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ, ਜਿਹੜੇ ਸਿੱਖ ਸਰਦਾਰ ਤੁਸੀਂ ਨਾਂ ਲਏ ਨੇ ਜੀ, ਜਿਹੜੇ ਜਿਹਨਾਂ ਦੀ ਜ਼ਮੀਨ ਜ਼ਿਆਦਾ ਸੀ, ਕੀ ਨਾਂ ਲਿਆ ਤੁਸੀਂ ਉਹਨਾਂ ਦਾ? ਜ਼ਿਆਦਾ ਜ਼ਮੀਨ ਪੀਰਾ ਦਿੱਤਾ ਸਾਡੇ ਬਣ ਗਿਆ, ਹਾਂ ਉਸ ਪਿੰਡ ਦੇ ਪੁਰਾਣੇ ਜਿਹਦੇ ਗੰਡੂ, ਹਾਂਜੀ ਗੰਡੂ, ਉਹਨਾਂ ਦੀ ਕਿੰਨੀ ਕੁ ਜ਼ਮੀਨ ਸੀ? ਉਹ ਸਭ ਤੋਂ ਮਾਲਕ ਵੱਡਾ ਸੀ। ਅੱਛਾ, ਗੰਡੂ ਸਿੰਘ, ਉਹ 100 ਕਿੱਲੇ ਦਾ ਮਾਲਕ ਸੀ, ਪਿੰਡ ਵੱਲ ਲੈਂਦੇ ਉਹਦੀ ਚੜ੍ਹਦੇ ਵੀ। ਵਾਹ ਜੀ ਵਾਹ, ਗੰਡੂ ਸਿੰਘ ਨੰਬਰਦਾਰ ਸੀ ਉਹ। ਕਿੰਨੇ ਭਾਈ ਸਨ ਗੰਡੂ ਸਿੰਘ? ਇਕੱਲਾ ਹੀ ਸੀ। ਇਕੱਲਾ ਹੀ ਸੀ? ਇਕੱਲਾ ਹੀ। ਅਤੇ ਕਿੰਨੇ ਪੁੱਤਰ ਸਨ ਇਹਦੇ? ਪੁੱਤਰ ਹੇਠੀ ਜਾਗਦੇ ਹੋਏ ਨੇ, ਉਹਦੇ ਹਿੰਦਸਾਂ ਜਾਗਦੇ ਨੇ ਪੁੱਤਰ। ਅੱਛਾ, ਕਿਸੇ ਨਾਲ ਰਾਬਤਾ ਤੁਹਾਡਾ ਦੁਬਾਰਾ ਹੋਇਆ ਜਿਹੜੇ ਇੱਥੋਂ ਪਿੰਡ ਨੂੰ ਚਲੇ ਗਏ ਨੇ ਆਪਣੇ? ਨਹੀਂ। ਅੱਜ ਅਸੀਂ ਤੁਹਾਡਾ ਰਾਬਤਾ ਕਰਾਉਣਾ ਹੈ ਕਿ ਇਸ ਪਿੰਡ ਦੀ ਹਸਤੀ ਨਾਲ, ਜਿਹੜੇ ਬੜੀ ਤੜਪ ਸੀ ਜਿਨ੍ਹਾਂ ਨੂੰ, ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਉਣੀ ਹੈ। ਹਾਂਜੀ, ਜਿਨ੍ਹਾਂ ਨੇ ਸਾਨੂੰ ਕਦੇ ਇਹਦੇ ਵਿਚਾਰੇ ਲੱਗੇ ਨੇ ਵੀ ਸਾਡੇ ਕਿਸੇ ਉਸ ਪਿੰਡ ਦੇ ਬਜ਼ੁਰਗ ਨਾਲ ਗੱਲਬਾਤ ਕਰਾਇਓ, ਸਾਨੂੰ ਸਾਡਾ ਲਵੇਰਾ ਪਿੰਡ ਦਿਖਾ ਦਿਓ, ਮਤਲਬ ਬੜੀ ਤੜਪ ਹੈ ਉਹਨਾਂ ਨੂੰ, ਅਸੀਂ ਇਨਸ਼ਾਅੱਲਾ ਉਹਨਾਂ ਨਾਲ ਗੱਲਬਾਤ ਕਰਾਵਾਂਗੇ। ਅੱਛਾ ਬਾਬਾ, ਜਦੋਂ 47 ਦੇ ਰੌਲੇ ਪਏ ਨੇ ਜੀ, ਸਿੱਖ ਸਰਦਾਰਾਂ ਨੂੰ ਪਤਾ ਚੱਲ ਗਿਆ ਵੀ ਇਹ ਸਾਡਾ ਹੁਣ ਘਰ ਬਰ ਨਹੀਂ ਰਹਿਣਾ, ਇਹ ਸਾਨੂੰ ਛੱਡਣਾ ਪੈਣਾ, ਅਤੇ ਕਿੰਨੇ ਦਿਨ ਉਹਨਾਂ ਨੂੰ ਪਹਿਲਾਂ ਪਤਾ ਚੱਲ ਗਿਆ ਸੀ? ਪਤਾ ਚੱਲ ਗਿਆ ਸੀ, ਹੁਣ ਜੇ ਇਸ ਚੀਜ਼ ਨੂੰ ਨਹੀਂ ਹਾਂ ਤਸਲੀਮ ਕਰਦੇ ਪਏ ਹੋ, ਵੀ ਸਾਨੂੰ ਵੀ ਇਸ ਜ਼ਮੀਨ ਤੋਂ ਚੁੱਕ ਲਿਆ ਜਾਏਗਾ, ਇੰਨੀ ਕੁ ਪਾਵਰ ਦੇ ਮਾਲਕ ਸਾਨੂੰ, ਜਿਹੜੀ ਡੱਲੇ ਕੇ ਵਾਲੀ ਗੰਨ ਸੀ ਜੀ, ਇਹਨਾਂ ਗੱਡੀ ਸੀ ਤੋਹ, ਅਗਰ ਹੁਕਮ ਦਾ ਲੱਭਦਾ ਸੀ ਤਾਂ ਉਂਝ ਨਹੀਂ ਹਨ ਜਾ ਸਕਦੇ। ਬਿਲਕੁਲ ਬਿਲਕੁਲ, ਇੰਝ ਕਰਦੇ ਉਂਝ ਭਾ ਰਹੇ ਹਨ ਅਸੀਂ ਗੱਡੀ ਕੇ ਬਣਾਉਂਦੇ। ਇਹਦਾ ਮਤਲਬ ਕਿ ਉਹ ਸਲੂਕ ਹਾਸਾ ਸੀ ਉਹਨਾਂ ਦੇ ਮੁਸਲਮਾਨਾਂ ਦੇ ਨਾਲ? ਬਿਲਕੁਲ ਭਾਵਾਂ ਤੌਰ। ਅੱਛਾ, ਕਿਆ ਬਾਤ, ਤੁਹਾਨੂੰ ਦੱਸਿਆ ਨਹੀਂ ਵੀ ਉਦੋਂ ਇਹ ਇਹ ਨਹੀਂ ਕਰਦਾ ਧੀ ਮੁਸਲਮਾਨ ਦੀ ਜਾਂ ਸਿੱਖ ਦੀ, ਨਹੀਂ ਸਭ ਇੱਕ। ਅੱਛਾ ਬਾਬਾ ਜੀ, ਤੁਹਾਡਾ ਕੋਈ ਐਸਾ ਹਾਣੀ ਜਿਹੜਾ ਤੁਹਾਡੇ ਨਾਲ ਖੇਡਦਾ ਹੋਏ ਅਤੇ ਤੁਹਾਨੂੰ ਬੜੀ ਉਹਦੀ ਯਾਦ ਆਉਂਦੀ ਹੈ, ਪਰਤ ਲੱਭਣ ਹੋਏ, ਕੀ ਨਾਂ ਸੀ? ਨਿਹਾਲਾ।
अच्छा निहाल सिंह शिंगारा शिंगारा ये भाई सन दो नहीं चाचे बाबे शिंगारा जरा वह भी ही दूजा भी ही जगू थरखान वाह जी वाह जिन्हें खिलाफ लाया हों ठीक है बाबा गंडू तो बाबा निहाल से सू गाल कड़ता हूं असें बोट थले बह के क्यों सिर तंग करते कद वो वक्त आ गया तो याद आने गल बिल्कुल अजो वक्त आ गया उस गलों अस दोबारा रिपीट कर आए हाँ जरा बाबा गंडू सिंह किन्ने बच्चे सने थे शादी उत्थे फिर की जाके शादी इतने नहीं थी मेरा ख्याल हो मां ही अभी हो गई ही शादी बच्चे दे बिल्कुल दे छोटा ही एकदम अच्छा बिल्कुल जी थोड़ी जी उम्र च बिल्कुल की पहचान होनी सू बिल्कुल बिल्कुल नवी शादी कितने हुई उन्होंने चेते थो नहीं मेरे जेन से गल छांगे मांगे वाले कितने हुई सी अच्छा बाल बच्चा भी है पोछिया पोछे भी हुए बुला दी हम तक नहीं पता पेके दसे पिंड जिन्ने भी जोगी सन ना लवो हां मिलखी अच्छा होर बाबा लाई हां जी ठीक है लो ना दखन पासे पिंडो जोगी दे घर जिहड़े सब कठे हन ठीक है बरवालियां दे पिछले पासे बरवालियां दे किन्ने घर सन इक्को ही की नाम सी उहनां दा उहदे नाम सी साईं रमजान ठीक भी चले गए मड़िया पिंडो पासे दखन बखाना ठीक है ठीक है जरूर वेखांगे अच्छा ए जेड़े तरलोक सिंह जिन्होंने हुण साडे नाल राबता कीता है जी उन्हां दे प्यो दा नाम सी बूटा सिंह हां बूटा सिंह ठीक है जी समझ आ गई आ गई जी अगो उन्हां दे प्यो दा नाम सी शिवदयाल सिंह जी ए उन्हां दा दादा सी जी ए जोगी सन जी ओ की करदे से दादा इन्हां दा आम तो ओ किंग बजा के पिंडां पिंड जित्तन मंडियां हन बस्तियां अच्छा आ बस्ती तू जाना बस्ती दूजे जाना बस्ती दूजे जाना ए नहीं बे दस दस पिंड इक इक दी पेटे हन अच्छा ਉਹਨਾਂ ਪਿੰਡਾਂ 'ਚ ਉਸੇ ਜਾਣਾ ਹੁੰਦਾ ਸੀ ਕਿੰਗ ਲੈ ਕੇ ਕਿੰਗ ਪੋਟੇ ਦਾ ਵਜਾਣੀ ਨੇ ਕੀ ਬਾਤ ਹੈ ਤੁਸੀਂ ਆਪ ਹੀ ਵੇਖਿਆ ਉਹਨਾਂ ਨੂੰ ਕਿੰਗ ਵਜਾਉਂਦੇ ਆ ਹੈਂ ਹਾਂ ਜੀ ਨਾਲ ਗਾਉਣ ਵੀ ਬੋਲਦੇ ਨੇ ਬਸ ਖਾਲੀ ਕਿੰਗ ਹੀ ਵਜਾਉਂਦੇ ਕਿੰਗ ਵਜਾਉਂਦੇ ਆ ਤੇ ਆਮ ਨਾਲ ਆਪਣੇ ਮਤਲਬ 'ਚ ਬੋਲਦੇ ਹਣ ਸਹੀ ਹੈ ਤੇ ਇਹਨਾਂ ਦਾ ਪਿੰਡ ਵਾਲਿਆਂ ਨਾਲ ਕਿਹਦਾ ਸਲੂਕ ਸੀ ਮੈਂ ਕਿਹਾ ਪਿੰਡ 'ਚ ਵੀ ਤੇ ਇੱਕੋ ਚੀਜ਼ ਹੀ ਇੱਕ ਸਣ ਤੇ ਹਾਏ 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 ਇੱਕ ਹੀ ਭਾਂਡਾ ਸੀ ਸਾਰਿਆਂ ਦਾ ਹੈਂ ਕੋਈ ਪੇ ਕੋਈ ਫਰਕ ਨਹੀਂ ਆ ਸਿੱਖ ਹੈ ਜਾਂ ਜੋਗੀ ਹੈ ਜਾਂ ਦੂਜਾ चाचा जी क्यों नहीं किया उदो इना हजार इना कदम हों वेरी गुड अच्छा जो गए ने फिर सिख सरदार या जो जोगी जी बामन सन जो ब्राह्मण जी ये तो मिल के गए जाते हैं जी हाँ बिलकुल खिलाक ना मिले एक दूजे बंदे कैंप लगा सी कले कले निकले सन नहीं जो इतो निकले कट्ठा जुट बन के निकले सरधाम तो अच्छा पिंड
किसी ने कोई हमला किया उन्होंने उत्ते नहीं अमन शांति नाल ही चले गए अमन शांति ਤੁਸੀਂ ਇੱਕ ਨਾਂ ਲੈ ਰਹੇ ਸੋ ਅੱਲਾ ਰੱਖਾ ਜੀ ਆ ਉਹ ਇੱਕ ਨਾਂ ਇਸ ਤਰ੍ਹਾਂ ਸੀ ਉਹਨਾਂ ਨੇ ਬੇਕੂਫੀ ਤੋਂ ਬੇਕੂਫ ਬੰਦੇ ਸਨ ਦੋ ਇੱਕ ਰਹਿਮਤ ਲੰਬੜ ਅਤੇ ਇੱਕੋ ਦੋ ਬਈ ਉਹਨਾਂ ਨੂੰ ਕਿਹਾ ਆਖਿਆ ਵੀ ਤੁਹਾਡੀ ਜੰਨਤ ਦੀ ਜਗ੍ਹਾ 'ਚ ਤੁਸੀਂ ਮਾਈਆਂ ਦੋ ਸਾੜ ਛੋੜੇ ਸੀ ਉਹਨਾਂ ਮਾਈਆਂ ਦੋ ਸਾੜੀਆਂ ਸਨ ਇੱਕ ਚੌਧਰੀ ਲੰਬੜਦਾਰ ਗੰਡਾ ਸਿੰਘ ਦੀ ਮਾਂ ਅਤੇ ਇੱਕ ਨਿਹਾਲਾ ਸਿੰਘ ਦੀ ਮਾਂ ਅੱਛਾ ਗੰਡਾ ਸਿੰਘ ਲੰਬੜਦਾਰ ਅਤੇ ਨਿਹਾਲਾ ਸਿੰਘ ਇਹਨਾਂ ਦੋਵਾਂ ਦੀਆਂ ਮਾਵਾਂ ਨੂੰ ਇੱਥੇ ਸਾੜੀਆਂ ਹਨ ਐਸੇ ਪਿੰਡ ਦੇ ਵਿੱਚ ਜਾਂ ਕਿਤੇ ਲਾਂਬੇ ਪਿੰਡੇ ਬਾਅਦ ਬਾਅਦ ਉਹਨਾਂ ਦੇ ਮਕਾਨ 'ਚ ਜ਼ਿੰਦਾ ਨੂੰ ਅੱਗ ਲਾਤੀ ਗਈ ਤਾਂ ਕਿਸੇ ਮੁਸਲਮਾਨ ਭਰਾ ਨੇ ਮਦਦ ਨਹੀਂ ਕੀਤੀ ਛਡਾਨ ਨਹੀਂ ਕੋਸ਼ਿਸ਼ ਕੀਤੀ ਲੋਕਾਂ ਦੇ ਬੇਬਾਪ ਨੂੰ ਅੱਗ ਲਾ ਗਈ ਕੱਚੇ ਦੇ ਮਕਾਨ ਸਨ ਉਹ ਸੜ ਗਏ ਇੱਕੋ ਹੀ ਮਕਾਨ ਸੀ ਕੱਚਾ ਹੀ ਇਹਨਾਂ ਜ਼ਾਲਮਾਂ ਤੇਲ ਦਾ ਛੱਟਾ ਮਾਰਿਆ ਇੰਝ ਕਰਕੇ ਮਿੱਟੀ ਦੇ ਤੇਲ ਉਹਦੇ ਹਨ ਤੀਜੀ ਥੋੜ੍ਹੀ ਅੱਗ ਬਚ ਗਈ ਪਿੰਡ ਫਿਰ ਭੱਜਿਆ ਦੌੜਿਆ ਬੜਾ ਪਿੰਡ ਫਿਰ ਕੀ ਕਰ ਸਕਦੇ ਕੱਚੇ ਮਕਾਨ ਹਨ ਕਾਕਾਂ ਉੱਤੇ ਹੀ ਕੜੀ ਕੰਡੇ ਉੱਤੇ ਹੁੰਦਾ ਸੀ ਔਰ ਸਭ ਲੋਕਾਂ ਇਸ ਚੀਜ਼ ਦਾ ਬਹੁਤ ਅਫਸੋਸ ਕੀਤਾ ਗਿਆ ਸੀ ਸਾਰੀ ਬਾਤ ਫੇਰ ਬਿਲਕੁਲ ਠੀਕ ਕਿਉਂ ਹਰ ਬੰਦਾ ਮਾਵਾਂ ਹੀ ਸਮਝਦਾ ਇੱਕ ਦੀ ਮਾਂ ਨੂੰ ਹਾਂਜੀ ਹੁਣ ਬਾਅਦ ਦੌਰ ਨਹੀਂ ਮੇਰੇ ਮਾਲ ਵੇਖੋ ਜੀ ਮੇਰੀ ਪਲੰਦਾ ਵੇਖੋ ਜੀ ਮੇਰੇ ਨਾਲ ਵੇਖੋ ਜੀ ਇਹਦੀ ਉਹਦੀ ਗੱਲ ਨਹੀਂ ਫਲਾਣੇ ਦੀ ਭੈਣ ਉਹਦੀ ਭੈਣ ਨਹੀਂ ਉਹਦਾ ਮੇਰੀ ਭੈਣ ਸਾਂਝ ਸੀ ਪੂਰੀ ਅੱਛਾ ਜਿਹੜਾ ਗੰਡੂ ਸਿੰਘ ਲੰਬੜਦਾਰ ਅਤੇ ਨਿਹਾਲ ਸਿੰਘ ਹੈ ਕੀ ਲੱਗਦਾ ਸਰ ਰਿਸ਼ਤੇ ਵਿੱਚ ਆਪਣੇ ਬਲਾ ਜੀ ਚਾਚੇ ਭਾਬੀ ਸਨ ਜੀ ਠੀਕ ਚਾਰੇ ਪੰਜੀ ਦੇ ਘਰ ਸਨ ਜਿਹੜਾ ਨਿਹਾਲ ਸਿੰਘ ਵੱਡਾ ਸੀ ਜਾਂ ਗੰਡੂ ਸਿੰਘ ਵੱਡਾ ਸੀ ਗੰਡੂ ਸਿੰਘ ਵੱਡਾ ਸੀ ਮਾਲਕ ਗੰਡੂ ਹੀ ਬੋਲਦਾ ਸੀ 100 ਕਿੱਲੇ ਦਾ ਮਾਲਕ ਸੀ ਉਹ ਜ਼ਮੀਨ ਆਪ ਹੀ ਵਾਹੁੰਦਾ ਸੀ ਜਾਂ ਰੱਖੇ ਹੁੰਦੇ ਸਨ ਮੈਂ ਹੀ ਵਾਹੁੰਦੇ ਹਨ ਮਜ਼ਾਰੇ ਰੱਖੇ ਸਨ ਉਹਨਾਂ ਨੇ ਆਮ ਉਹਨੂੰ ਇੰਨੀ ਬਵਾਦੀ ਨਹੀਂ ਸੀ ਉਹਦੇ ਜਿਹੜੇ ਖਾਸ ਮਰਦੇ ਹਨ ਲੋਕ ਵਾਹੁੰਦੇ ਹਨ ਜਿਹੜੇ ਦੂਜੇ ਹਨ ਪੈ ਚੋ ਪੈ ਪੈ ਡੰਗਾ ਵਿਛਾ ਚੁੱਕਦਾ ਪਿਆ ਇਹ ਗੰਡੂ ਸਿੰਘ ਦਾ ਘਰ ਪਿੰਡੂ ਕਿਹੜੀ ਬਾਈ ਸੀ ਵਿਚਕਾਰ ਪਿੰਡ ਦੇ ਪਿੰਡ ਦੇ ਸੈਂਟਰ ਦੇ ਵਿੱਚ ਜੀ ਆ ਕੱਚੇ ਮਕਾਨ ਸੀ ਸਾਰੇ ਪਿੰਡ ਦੇ ਪੱਕਾ ਵੀ ਆ ਸੀ ਕਿਸੇ ਦਾ ਕੋਈ ਨਾ ਪੱਕਾ ਸੁਣ ਨਿਹਾਲਾ ਸਿੰਘ ਦਾ ਸੀ ਬੇਲੀ ਅੱਛਾ ਨਿਹਾਲਾ ਸਿੰਘ ਦਾ ਜੀ ਆ ਠੀਕ ਹੈ ਤੇ ਨਿਹਾਲਾ ਸਿੰਘ ਦੇ ਕਿੰਨੇ ਭਾਈ ਸਨ ਦੋ ਭਾਈ ਸਨ ਦੂਸਰੇ ਦਾ ਕੀ ਨਾਂ ਸੀ ਉਹ ਨਹੀਂ ਮੇਰੇ ਜੇਨ ਤੇ ਅੱਛਾ ਠੀਕ ਹੈ ਜਿਹੜਾ ਗੰਡੂ ਸਿੰਘ ਸੀ ਤੇ ਪਿਓ ਦਾ ਨਾਂ ਤੁਹਾਨੂੰ ਚੇਤੇ ਨਹੀਂ ਗੰਡੂ ਸਿੰਘ ਉਹਦੇ 60-70 ਸਾਲ ਦਾ ਸੀ ਅੱਛਾ ਮਤਲਬ ਕਿ ਆਪ ਹੀ ਉਦੋਂ ਬਜ਼ੁਰਗ ਸੀ ਆਹੋ ਠੀਕ ਅੱਛਾ ਪਿੰਡ ਦੇ ਵਿੱਚ ਕੋਈ ਪੁਰਾਣੀ ਐਸੀ ਨਿਸ਼ਾਨੀ ਜਿਹੜੀ ਉਦੋਂ 47 ਵੇਲੇ ਹੈ ਵੀ ਕਿ ਸਾਰਾ ਕੁਛ ਹੀ ਢਾਹ ਦਿੱਤਾ ਗਿਆ ਹੁਣ ਕੱਚੀ ਤੇ ਆਖੀ ਦਾ ਕਿਤੇ ਕੁਲੀ ਲੱਭ ਜਾ ਲਵੇਦਿਆਂ ਵਿੱਚ ਉਹ ਨਹੀਂ ਅੱਛਾ ਕੋਈ ਪੁਰਾਣੀ ਨਿਸ਼ਾਨੀ ਬੋਰਡ ਜੋ ਵੀ ਸੌਕੇ ਫੁੱਟ ਡਿੱਗ ਪਿਆ ਫੁੱਟ ਕੱਚਾ ਪਿੱਪਲ ਦਾ ਬੂਟਾ ਸੀ ਮਿਲਦੀ ਜੋ ਵੀ ਗਾਈ ਜੋ ਮੇਰੇ ਮਿਲਦੀ ਬੰਬ ਦੇ ਘਰ ਉਹ ਵੀ ਫੁੱਟ ਕੱਚਾ ਠੀਕ ਹੈ ਕਿਉਂਕਿ ਉਸ ਵਕਤ ਦੀ ਖੂਹ ਵੀ ਪੂਰ ਕਰਦੇ ਨੇ ਉੱਥੇ ਬਸਤੀਆਂ ਵਿਖਾ ਸਕਦੇ ਹਾਂ ਅਸੀਂ ਚਲੋ ਠੀਕ ਹੈ ਉਹ ਥੋੜ੍ਹਾ ਬਹੁਤਾ ਲਵਾਂਗੇ ਇਨਸ਼ਾਅੱਲਾ ਛੱਡਣਾ ਅੱਛਾ ਫਿਰ ਇਹ ਗੰਡੂ ਸਿੰਘ ਹੋਰੀ ਨਿਹਾਲ ਸਿੰਘ ਹੋਰੀ ਜਿਹਦੇ ਇਹਨਾਂ ਦੀ ਮਾਵਾਂ ਨੂੰ ਸਾਹਿਬਾ ਸਿੰਘ ਗੰਡੂ ਸਿੰਘ ਹਾਂਜੀ ਹਾਂਜੀ ਨਿਹਾਲਾ ਸਿੰਘ ਇਹ ਭਰਾ ਪਚਾਚੇ ਬਾਬੇ ਸਨ ਅੱਛਾ ਜਦੋਂ ਇਹਨਾਂ ਦੀਆਂ ਮਾਵਾਂ ਨੂੰ ਸਾੜਿਆ ਗਿਆ ਜੀ ਇਹਨਾਂ ਨੂੰ ਪਤਾ ਲੱਗਾ ਵੀ ਸਾਡੀ ਮਾਂ ਨੂੰ ਸਾੜਿਆ ਕਿ ਜਾਂ ਨਿਕਲ ਗਏ ਸਨ ਇਹ ਨਿਕਲ ਗਏ ਸਨ ਤੇ ਜਿਹੜਾ ਇਹਨਾਂ ਦਾ ਸਾਜੋ ਸਮਾਨ ਮਾਲ ਡੰਗਰ ਸੀ ਉਹ ਘੱਟ ਖੜਿਆ ਗਿਆ ਸੀ ਇੱਥੇ ਵੀ ਆ ਗਏ ਅੱਛਾ ਉਹ ਸਮਾਨ ਫਿਰ ਕਿਸੇ ਮੁਸਲਮਾਨ ਦੇ ਹਵਾਲੇ ਕਰ ਗਏ ਕਿ ਜਾਂ ਮੁਸਲਮਾਨ ਹੀ ਲੈ ਗਏ ਆਪਣੇ ਆਪ ਹੀ ਨਹੀਂ ਬੇਨਾ ਫਿਰ ਮਾਹਿਰਾਂ ਦੇ ਵੰਡਿਆ ਗਿਆ ਸੀ ਠੀਕ ਹੈ ਨਿਹਾਲਾ ਸਿੰਘ ਦੇ ਘਰ ਸਨ ਦਾਣਾ ਫੱਕਾ ਇਕੱਠਾ ਕੀਤਾ ਭੁੜੋ ਦੇ ਪਏ ਜ਼ਮੀਨ 'ਚ ਪਾਏ ਹਨ ਦਾਣੇ ਅੱਛਾ ਭੁੜੋਦੇ ਵੱਡੇ ਵੱਡੇ ਬਣਾ ਕੇ ਕੱਢ ਕੱਢ ਕੇ ਲੋਕਾਂ ਦੇ ਇਹਨਾਂ ਮਾਹਿਰਾਂ ਨੂੰ ਤਖੀਮ ਕੀਤਾ ਗਿਆ ਠੀਕ ਹੈ ਉਹਨੂੰ ਇੱਕ ਚੀਜ਼ ਦਾ ਦੁੱਖ ਹੀ ਬੜਾ ਸੀ ਬੰਦਿਆਂ ਦੇ ਬਿਲਕੁਲ ਇੰਝ ਗੱਲ ਬੜੀ ਤੜਪ ਸੀ ਉਹਨਾਂ ਨੂੰ ਭਰਾ ਹੁੰਦੇ ਆ ਦੇਖੋ ਤੜਪ ਹੈ ਨਾ ਤੇ ਉਹਨਾਂ ਦੀ ਅੱਗੋਂ ਤੀਸਰੀ ਨਸਲ ਨੇ ਆਪਣੇ ਪਿੰਡ ਨੂੰ ਯਾਦ ਕੀਤਾ ਜਿਨ੍ਹਾਂ ਨੇ ਪਿੰਡ ਦਾ ਕੱਖ ਵੀ ਨਹੀਂ ਵੇਖਿਆ ਆਪਣੇ ਬਾਪ ਦਾਦਾ ਕੋਈ ਗੱਲਾਂ ਸੁਣੀਆਂ ਤੇ ਸਾਨੂੰ ਇਸ ਪਿੰਡ ਆਉਣ ਤੇ ਮਜਬੂਰ ਕੀਤਾ ਤੇ ਸਾਡੀ ਮੁਲਾਕਾਤ ਤੁਹਾਡੇ ਨਾਲ ਹੋਣੀ ਸੀ ਤੇ ਤੁਹਾਡੇ ਦਿਲ ਦੀਆਂ ਗੱਲਾਂ ਫਿਰ ਉਹ ਗੰਡੂ ਸਿੰਘ ਦੀ ਔਲਾਦ ਨਿਹਾਲਾ ਸਿੰਘ ਦੀ ਔਲਾਦ ਵਧਾਵਾ ਸਿੰਘ ਦੀ ਔਲਾਦ ਇਹ ਸਾਰੀਆਂ ਸੁਣਨਗੀਆਂ ਔਰ ਮੈਨੂੰ ਉਮੀਦ ਹੈ ਯਕੀਨ ਹੈ ਕਿ ਸਾਡੇ ਨਾਲ ਰਾਬਤਾ ਕਰਨਗੇ ਆਪਣੇ ਨਹੀਂ ਦੂਸਰੀ ਜਿਹੜੀ ਫੈਮਿਲੀ ਤੁਸੀਂ ਨਾਲ ਲੈ ਲੈਣਾ
ਉਹ ਪਤਾ ਨਹੀਂ ਕਿਤੇ ਕਿਤੇ ਬੈਠੀਆਂ ਨੇ ਉਹ ਅੱਲਾ ਜੀ ਤੂੰ ਸੁਣਨ ਗਏ ਨਾ ਸਾਰੀਆਂ ਸਟੋਰੀਆਂ ਜਾਂ ਇਹ ਜਿਹੜੇ ਸਨ ਗੁਰਦਾਸਪੁਰ ਬੈਠੇ ਨੇ ਜਿਹੜੇ ਅਹਿਮਦਪੁਰ ਅਹਿਮਦਾਬਾਦ ਤੇ ਉਸ ਫੈਮਿਲੀ ਨੇ ਉਹ ਸਾਰੇ ਨੂੰ ਆਸਤੇ ਆਸਤੇ ਸਾਰੇ ਪਤਾ ਚੱਲ ਜਾਣਗੇ ਜਿਹੜੇ ਸਰਦਾਰ ਬੈਠੇ ਸੀ ਆਪੋ ਚੱਲ ਜਾਗਾ ਪਤਾ ਅੱਛਾ ਇੱਥੋਂ ਫਿਰ ਕਿੱਥੇ ਕੈਂਪ ਲੱਗਾ ਸੀ ਨਾ ਤਾਂ ਬੜਿਆਂ ਨੇ ਨਹੀਂ ਇੱਥੋਂ ਸਿੱਧੇ ਨਹੀਂ ਗਈ ਗਏ ਹਣੇ ਕਿਉਂ ਆਏ ਨਾਲ ਬਾਗਾ ਸੀ ਅੱਗੇ ਕੈਂਪ ਸ਼ੈਂਪ ਕੋਈ ਲੱਗੇ ਸਾਡੇ ਹਜ਼ੇਰੀਏ अच्छा होर लाम दे पिंडा विच तुहां सुणिया है इदां पिंडा च ज्यादा सिख सरदारां दा नुकसान कीता गया नहीं कोई नहीं कीता गया ए जेड़ा तुसी नाल आले कुल्ला लामे कोई नहीं कीता गया कोर्ट कोई नहीं कीता गया अच्छा ना ठीक हो गया ठीक हो गया ओ दूजे बणे ढिंग भाईए दे मुसलमान दी हन ओदे सिखां दा घर कोनी सी अच्छा नथू कुले दे सिखां दा घर कोनी सी कमाले च नंबर सां सिख यारे वाली ओ भी इत्थे दा गए हन जिदाले च सिख है सन जिदाले तो बहुत सारे सिख सरदार सन खत्री बड़े मीर सन उस पिंडे इंज ही गल है खत्री बड़े मीर सन छाड़े आ सन हां बिल्कुल बिल्कुल ए कोट पिंड जेड़ा इथे आ सन इथे पिंड ही सेदा है जे सिखा दो जेड़ा के गगड़ा दा काफी ते कलाला दा काफी कलाड़ उना दे ने कलाड़ ते कोदा काफी दोए घर दा मालिक सही खत्री खत्रीया दा घर है सी तुहाडे पिंड कोई नहीं ਦੁਕਾਨਦਾਰੀ ਕੌਣ ਕਰਦੇ ਸਨ ਉਹ ਦੁਕਾਨਦਾਰੀ ਸਾਡੇ ਆਮ ਜਿਦਾਰਾ ਚੱਲਦਾ ਸੀ ਜਿਦਾਰਾ ਚੱਲਦਾ ਸੀ ਅੱਛਾ ਜਿਦਾਰੇ ਜਾਂਦੇ ਸਨ ਜਿਦਾਰੇ ਜਾਂ ਬੰਨ ਉੱਥੇ ਬੜੇ ਤਗੜੇ ਖੱਤਰੀ ਸਨ ਜਿਹੜੇ ਸਨ ਨਾ ਉਦੋਂ ਇੱਥੇ ਸਾਡੇ ਖੱਤਰੀਆਂ ਦਾ ਘਰ ਕੋਈ ਨਹੀਂ ਸੀ ਬਾਹਮਣਾਂ ਦਾ ਘਰ ਇੱਕੋ ਹੀ ਸੀ ਮਿਲਸੀ ਦਾ ਹੀ ਇਹਦਾ ਕਾਸ਼ੀ ਬਾਹਮਣ ਦਾ ਹੀ ਦੂਜੇ ਸਾਰੇ ਜੋਗੀ ਸਨ ਠੀਕ ਹੋ ਗਿਆ ਠੀਕ ਹੋ ਗਿਆ ਅੱਛਾ ਬਾਬਾ ਜੀ ਤੁਹਾਡੀ ਆਵਾਜ਼ ਜਿਹੜੇ ਤੁਸੀਂ ਨਾ ਲੈਣੇ ਜਿਸ ਤਰ੍ਹਾਂ ਲੈਣੇ ਤੁਹਾਨੂੰ ਹਯਾਤੀ ਦਿੱਤੀ ਸ਼ਾਇਦ ਉਹਨਾਂ ਵਿੱਚ ਕੋਈ ਜ਼ਿੰਦਾ ਹੋਏ ਜਿਹੜੇ ਤੁਹਾਡੇ ਹਾਣੀ ਸਨ ਫਿਰ ਇੱਕ ਵਾਰੀ ਤੁਸੀਂ ਉਹਨਾਂ ਦੇ ਨਾਂ ਲਵੋ ਜਿਹੜੇ ਤੁਹਾਡੇ ਹਾਣੀ ਸਨ ਜਿਹੜੇ ਦੁਬਾਰਾ ਜਿਹਨਾਂ ਤੁਹਾਡੀ ਮੁਲਾਕਾਤ ਨਹੀਂ ਹੋਈ ਜਿਹੜੇ ਤੁਹਾਡੇ ਲੰਗੋਟੀਏ ਯਾਰ ਸਨ ਜਿਹਨਾਂ ਦੇ ਨਾਲ ਖੇਡਾਂ ਮਲਦੇ ਹੋ ਤੁਸੀਂ ਸਾਡੇ ਹਾਣੀ ਦੇ ਦੋ ਸਹੀ ਬੰਦੇ ਹਨ ਹਾਂ ਲਵੋ ਨਾ ਜਿਹੜਾ ਵੀ ਇੱਥੇ ਹੀ ਇੱਕ ਘੁਮਿਆਰ ਮੂਰਾ ਸਿੰਘ ਇੱਕ ਦੁੱਲਾ ਜੀ ਇੱਕ ਲਾਲੇ ਪਿੱਦੇ ਕੋਲ ਉਹਨਾਂ ਦੇ ਹੁੰਦੇ ਹਾਂ ਇਹ ਘਰ ਘੁੰਮਿਆਰਾਂ ਦੇ ਹਨ ਠੀਕ ਹੈ ਜੱਗੂ ਤਰਖਾਣ ਹੁੰਦਾ ਸੀ ਉਹਦਾ ਪੁੱਤ ਸ਼ਿੰਗਾਰਾ ਹੁੰਦਾ ਸੀ ਵੈਰੀ ਗੁੱਡ ਉਹ ਬਾਂਬਲੇ ਕਨਿਆਲਾ ਸਿੰਘ ਦਾ ਪੁੱਤਰ ਸੀ ਉਹਨਾਂ ਵੀ ਸ਼ਿੰਗਾਰਾ ਸੀ ਉਹ ਉੱਥੇ ਕਬੂਤਰ ਕੱਢਦਾ ਹੁੰਦਾ ਇੱਕ ਬਣਾਉਂਦਾ ਖਲਾ ਹੁੰਦਾ ਸੀ ਅੱਛਾ ਠੀਕ ਹੈ ਕਿਉਂਕਿ ਐਸਾ ਆਮ ਤੌਰ ਦੇ ਹਾਂ ਯਾਦ ਹੁੰਦੇ ਨਾ ਆਮ ਤੌਰ ਦੇ ਹਾਣ ਨੂੰ ਹੀ ਬਿਲਕੁਲ ਬਿਲਕੁਲ ਪਿਛਲੇ ਨਾਂ ਤੁਹਾਨੂੰ ਵੀ ਯਾਦ ਆਪਣੇ ਪਿੰਡ 'ਚ ਨਹੀਂ ਬਿਲਕੁਲ ਇੰਝ ਹੀ ਗੱਲ ਹੈ ਇੱਕ ਵਕਤ ਦੇ ਨਾਲ ਸਾਰਾ ਕੁਛ ਮਿਲੀ ਮਿਟ ਹੋ ਜਾਂਦਾ ਬੜੀ ਗੱਲ ਤੁਸੀਂ ਇੰਨੇ ਨਾਂ ਲਏ ਸਾਰੀ ਸਾਨੂੰ ਯਾਦ ਦੱਸ ਨਹੀਂ ਲਓ ਜੀ ਤਰਲੋਕ ਸਿੰਘ ਸਾਹਿਬ ਅਸੀਂ ਤੁਹਾਡੀ ਗੱਲਬਾਤ ਕਰਾਉਣ ਲੱਗੇ ਹਾਂ ਬਾਬਾ ਜੀ ਇਨਾਇਤੁੱਲਾ ਸਾਹਿਬ ਜਿਹੜੇ ਲਵੇਰਾ ਪਿੰਡ ਦੇ ਰਹਿਣ ਵਾਲੇ ਨੇ ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਅਤੇ ਤੁਸੀਂ ਆਪਣੀ ਥੋੜ੍ਹੀ ਸਾਰੀ ਦਿਲ ਦੀ ਆਵਾਜ਼ ਇਹਨਾਂ ਤੱਕ ਪਹੁੰਚਾਓ ਅਤੇ ਇਹ ਫਿਰ ਤੁਹਾਨੂੰ ਕੋਈ ਦੱਸ ਦੇ ਅੱਛਾ ਅੱਛਾ ਹੁਣ ਜ਼ਰਾ ਫੋਨ ਸ਼ੂਨ ਸੁਣਨੇ ਬੰਦ ਕਰ ਦਿਉ ਜਿਹੜਾ ਮੇਨ ਕੰਮ ਹੈ ਉਹ ਤੁਸੀਂ ਕਰ ਲਓ ਇਹ ਲਓ ਕਰੋ ਤੁਸੀਂ ਬਜ਼ੁਰਗਾਂ ਨਾਲ ਗੱਲਬਾਤ ਇਹ ਨੇ ਬਜ਼ੁਰਗ ਬਾਬਾ ਜੀ ਨੈਤ ਸਾਹਿਬ ਤਰਲੋਕ ਸਿੰਘ ਜੀ ਬੂਟਾ ਸਿੰਘ ਦੇ ਪੁੱਤਰ ਤੁਸੀਂ ਪਛਾਣਦੇ ਹੀ ਨਹੀਂ ਮੈਂ ਕਿਹਾ ਤਰਲੋਕ ਸਿੰਘ ਹੁਣ ਬੂਟਾ ਸਿੰਘ ਦੇ ਪੁੱਤਰ ਉਹ ਕਿਸੇ ਨੂੰ ਪਛਾਣਦੇ ਹੀ ਨਹੀਂ ਤਰਲੋਕ ਤੇਰਾ ਨਾਂ ਤਰਲੋਕ ਸਿੰਘ ਜੀ ਨਾ ਬੂਟਾ ਸਿੰਘ ਦਾ ਪੁੱਤਰ ਹੈ ਤੂੰ ਉਹਦਾ ਕਿੰਗ ਵੀ ਜਾਂਦਾ ਹੁੰਦਾ ਸੀ ਜਿਹੜਾ ਕਿੰਗ ਵੀ ਜਾਂਦਾ ਹੁੰਦਾ ਸੀ ਮਿਲਖੀ ਦਾ ਪੁੱਛੀ ਮਿਲਖੀ ਦਾ ਪੁੱਛੀ ਹੈ ਤੂੰ ਉਹ ਮਿਲਖੀ ਸਿੰਘ ਦਾ ਪੁੱਛੀ ਹੈ ਬਾਬੇ ਗਾਈ ਦਾ ਪੋਤਰਾ ਬਾਬੇ ਗਾਈ ਦਾ ਦੋਤਰਾ ਲੱਗਣਾ ਤੂੰ ਅੱਛਾ ਅੱਛਾ ਤਾਂ ਹੀ ਇਹਨੂੰ ਪਛਾਣਦਾ ਹੁਣ ਉਹ ਅਸੀਂ ਤੁਹਾਨੂੰ 6 ਮਹੀਨੇ ਅਸੀਂ ਰੋਜ਼ ਤੁਹਾਨੂੰ ਯਾਦ ਕਰੀ ਤੂੰ ਸਾਨੂੰ ਕਦੇ ਵੀ ਨਾ ਕਰੋ ਹੈਂ ਓਏ ਅਸੀਂ ਤੁਹਾਨੂੰ ਯਾਦ ਕਰ ਕਰ ਥੱਕ ਚੱਲੇ ਤੁਸੀਂ ਸਾਨੂੰ ਕਰਦੇ ਹੀ ਨਹੀਂ ਕਦੀ ਸਾਡੇ ਪਿੰਡ ਆ ਤੈਨੂੰ ਪਤਾ ਲੱਗ ਜਾਵੇ ਸਾਡਾ ਕੀ ਖਿਲਾਕ ਹੈ
ਤੁਹਾਡੇ ਚੋਂ ਕੋਈ ਵੱਡਾ ਵਡੇਰਾ ਜੀ ਹੋਇਆ ਨਾ ਤਾਂ ਉਹਨੂੰ ਪੁੱਛਿਓ ਜਿਹੜਾ 47 ਤੋਂ ਪਹਿਲਾਂ ਦਾ ਹੋਏ ਉਹਨੂੰ ਪੁੱਛਿਓ ਕਿ ਜਿਹੜਾ ਮਾਈ ਜੀਵਾਂ ਦੇ ਬਾਬਾ ਆਦਾ ਬਖਸ਼ ਹੁੰਦਾ ਸੀ ਉਹ ਹੈ ਨਾ ਤੁਹਾਨੂੰ ਉਹ ਦੱਸਣਗੇ ਤੁਸੀਂ ਢੋਲ ਲਓ ਹੁਣ ਕੁਰਸੀ ਲੈ ਇੱਥੇ ਇਹ ਫੜੋ ਮੋਬਾਈਲ ਇੱਥੇ ਇਸ ਤਰ੍ਹਾਂ ਛੱਡ ਦਿਓ बाबे कन्हैया बारे पुछदे ने बाबे कन्हैया बारे ਉਹੀ ਬਾਬੇ ਸਾਰੇ ਜਾਣਦੇ ਆ ਅਸੀਂ ਆਪੇ ਬਾਬਿਆਂ ਬਾਬਿਆਂ ਨੂੰ ਜਾਣਦੇ ਹਾਂ ਬਾਬਾ ਕਨ੍ਹਈਆ ਆਹੋ ਵੀਰ ਨਾ ਆਹੋ ਵੀਰ ਨਾ ਥੋੜਾ ਪਹਿਲੀ ਜੀ ਇੱਕ ਛੇਮ ਸਾਡਾ ਛੇਮ ਚਾਰ ਚੁੱਕ ਹਾਂਜੀ ਕਿੰਗੋ ਜਾਂਦੇ ਹੁੰਦੇ ਆਹੋ ਹਾਂਜੀ ਕਿੰਗੋ ਜਾਂਦੇ ਬੜੀ ਵਧੀਆ ਵਾਹੀ ਕਟਕੀਆਂ ਕਿੰਗਾਂ ਵਜਾਉਂਦੇ ਹੁੰਦੇ ਹਾਂ ਹਾਂ ਬਾਈ ਕਿੰਗਾਂ ਇਕੱਠੀਆਂ ਵੀ ਜਾਂਦੇ ਹੁੰਦੇ ਹਾਂ ਇਕੱਠੀਆਂ ਹੀ ਕਿੰਗਾਂ ਵੀ ਜਾਂਦੇ ਹਾਂ ਹਾਂਜੀ ਹਾਂਜੀ ਅਸੀਂ ਸਾਡੀ ਦਾਦੀ ਜ਼ਬਾਨ ਤੋਂ ਗੂੰਗੇ ਸਨ ਆਹੋ ਜ਼ਬਾਨ ਤੋਂ ਗੂੰਗੇ ਹਨ ਬਸਬਾਂ ਤੋਂ ਗੂੰਗੇ ਨਹੀਂ ਹਨ ਹਾਏ 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 ਬੰਦੇ ਦੇ ਬਸ ਬਸਾਈ ਹੋਣ ਨਾ ਤੇ ਜ਼ਬਾਨ ਦਾ ਗੁੰਦਾ ਉਹ ਕਦੀ ਸਾਨੂੰ ਕਦੀ ਸਾਨੂੰ ਤਾਂ ਅਮਨ ਵੀ ਕਰਾਓਗੇ ਕਿ ਨਹੀਂ ਮੈਂ ਆਖਿਆ ਬਿਸਮਿਲਾ ਜੀ ਸਾਨੂੰ ਤੇ ਸਾਡੇ ਕੋਲ ਕਾਰਡ ਹੋਏ ਨਹੀਂ ਆ ਸਕਦੇ ਨਾ ਤੁਸੀਂ ਆਪਣਾ ਡਰੈਸ ਪੂਰਾ ਦਿਓਗੇ ਕਾਰਟ ਪੂਰਾ ਦਿਓਗੇ ਤੇ ਫਿਰ ਇਹ ਲਾਉਂਦੋ ਕਰਾ ਲਾਂਗੇ ਪਾਸ ਆਹੋ ਜੀ ਹਾਂਜੀ ਹਾਂਜੀ ਉਹ ਜਾਤ ਦਾ ਬੜਾ ਹੀ ਕਦਮ ਹੈ ਤੁਸੀਂ ਆਪਣੀ ਸੁਣਾਓ ਪੁੱਤਰ ਫਿਰ ਕੀ ਹੋ ਗਿਆ ਅਜੇ ਕੱਲ ਦੇ ਤੁਸੀਂ ਨਿੱਪਲ ਪੀਣ ਲਿਓ ਅੱਜ ਤੁਸੀਂ ਬੁੱਢੇ ਵੀ ਹੋ ਗਏ ਹੋ ਬੁੱਢੇ ਹੋ ਗਏ ਜੀ ਬੁੱਢੇ ਹੋ ਗਏ ਐਡੀ ਜਲਦੀ ਬੱਚੇ ਦਾਦੂ ਕਹਿਣ ਦੇ ਤੇ ਬੁੱਢੇ ਹੋ ਗਏ ਜੀ ਉਹ ਦਾਦੋ ਕਹਿਣ ਦੇ ਖਲਾਕ ਤੇ ਟੁੱਟ ਗਈ ਇਹ ਅਮੀਰ ਸਾਹਿਬ ਦੀ ਬੜੀ ਮਿਹਰਬਾਨੀ ਤੁਹਾਡੇ ਨਾਲ ਗੱਲ ਕਰਵਾ ਦਿੱਤੀ ਧੰਨਵਾਦ ਇਹਨਾਂ ਦਾ ਜੀ ਮੈਂ ਬੜੇ ਚਿਰ ਦਾ ਕੀਤਾ ਸਾਡੀ 95ਵੇਂ ਨੇ ਹਾਂਜੀ ਦੱਸਿਆ ਪਰ ਤੁਸੀਂ ਮੇਰੇ ਡੈਡੀ ਉਹਨਾਂ ਦੇ ਲੱਗ ਜਾ ਗਏ ਉਹਨਾਂ ਦੀ 22 ਸਾਲ ਹੀ ਜਦੋਂ ਆਇਆ ਆਹੋ ਟਾਈਮ ਦਿਓਗੇ ਤੇ ਪੂਰਾ ਇਲਾਕਾ ਹੀ ਵਿਖਾ ਦਿਆਂਗੇ ਅੱਛਾ ਹੁਣ ਨਾ ਅਸੀਂ ਤੁਹਾਡਾ ਉਹ ਘਰ ਬਾਰ ਬੂਹਾ ਜਿੱਥੇ ਆਇਆ ਸੀ ਨਾ ਪੁਰਾਣਾ ਵੀਰਤਰ ਲੋਕ ਜੀ ਉੱਧਰ ਅਸੀਂ ਹੁਣ ਜਿਹੜਾ ਨਾ ਜਾਂਦੇ ਹਾਂ ਤਾਂ ਥੋੜ੍ਹਾ ਸਾਰਾ ਵਿਊ ਰਿਕਾਰਡ ਕਰਨੇ ਆ ਉਹਦਾ ਹੈ ਮੇਰੇ ਨਾਲ ਕੋਟ ਕਲਾਲ ਕੋਟ ਕਲਾਲ ਹਰਨਾਵੇਂ ਜਧਾਲਾ ਜਧਾਲਾ ਪੰਜ ਗਰਾਈਆਂ ਡੁਗਰੀ ਘੁੰਮਣਾ ਪਲਵਾਣਾ ਠੱਠੀ ਮਰਦਾਨਾ ਜੱਖੜ ਜੀ ਜੀ ਆਹੋ
ਉਦੋਂ ਖੂਹੀ ਸਟਾਪ ਜਿੱਥੇ ਬਾਹਮਣੀ ਨੰਗਾ ਇਹਨੇ ਖੂਹੀ ਲਵਾਈ ਸੀ। ਹੋਰ ਪੁੱਛ ਜੀ ਆ ਦੁਰਗਾਦਾਸ ਬਾਹਮਣ ਉਹਦੇ ਮਸ਼ਹੂਰ ਆਦਮ ਸੀ ਤੇ ਉਹਦਾ ਨਾਂ ਹੀ ਮਸ਼ਹੂਰ ਸੀ ਦੁਰਗਾਦਾਸ ਸਿੰਘ ਦਾ ਨਾਮ ਹੀ ਮਸ਼ਹੂਰ ਸੀ ਤੇ ਦੁਰਗਾਦਾਸ ਬਾਹਮਣ ਜੀ ਆ ਪੁੱਛੋ ਤੁਹਾਡਾ ਕੀ ਲੱਗਦਾ ਸੀ ਤੁਹਾਡਾ ਕੀ ਲੱਗਦਾ ਸੀ ਦੁਰਗਾਦਾਸ ਆਹੋ ਠੀਕ ਆ ਉਦੋਂ ਸਾਰੇ ਇੱਕੋ ਹੀ ਥਾਂ ਅੱਜ ਫਿਰਕੇ ਬਸ ਉਦੋਂ ਕੋਈ ਫਿਰਕਾ ਨਹੀਂ ਸੀ ਨਹੀਂ ਚਾਚਾ ਤੁਹਾਡਾ ਰਿਹਾ ਸੀ ਮਿਲਖੀ ਧਾਮ ਪਿਓ ਤੁਰ ਗਿਆ ਉਹ ਵੀ ਆਹੋ ਉਹ ਵੀ ਤੁਰ ਗਿਆ ਸੀ ਜੀ ਆਹੋ ਪਤਾ ਇੱਥੇ ਆਉਂਦੇ ਰਹੇ ਨੂੰ ਜੀਮ ਹੀ ਨਹੀਂ ਗਏ ਹਾਂਜੀ ਆਹੋ ਉਹ ਦੋਏ ਭਾਗੂ ਭਾਗੂ ਇਕੱਠੇ ਹੁੰਦੇ ਹਾਂ ਬਦਵਾਲਾ ਭਾਗੂ ਦੇ ਮਿਲਕੀ ਦੂਜਾ ਪਿਓ ਵੀ ਮਾਂ ਭਾਗੂ ਕਿਰਪਾ ਰਾਮ ਜਾਂ ਕਿਰਪਾ ਹਾਂ ਸਹੀ ਅੱਛਾ ਜਿਹੜੇ ਤੁਹਾਡੇ ਪਿੰਡ ਦੇ ਹੋਰ ਸਰਦਾਰ ਸਨ ਕਿਸੇ ਨਾਲ ਤੁਹਾਡਾ ਰਾਬਤਾ ਹੈ ਭਲਾ ਗੰਡੂ ਸਿੰਘ ਤੇ ਨਿਹਾਲ ਸਿੰਘ ਹੈ ਤੁਹਾਡੇ ਪਿੰਡ ਦੇ ਸਨ 100-100 ਏਕੜ ਦੇ ਮਾਲਕ ਸਨ ਤੁਹਾਡਾ ਰਾਬਤਾ ਹੈ ਉਹਨਾਂ ਦੇ ਨਾਲ ਕਿਤੇ ਆਹੋ ਗੰਡੂ ਸਿੰਘ ਤੇ ਨਿਹਾਲ ਸਿੰਘ ਉਹਨਾਂ ਦੀ ਗੱਲ ਕਰਦੇ ਨੇ ਬਜ਼ੁਰਗ ਬਿਲਕੁਲ ਬਿਲਕੁਲ ਇੰਝ ਗੱਲ ਹੈ ਨਹੀਂ ਹੋਣ ਦਿੱਤਾ ਚਲੋ ਠੀਕ ਹੈ ਸਾਡੀ ਆਵਾਜ਼ ਸੁਣਨਗੇ ਅਸੀਂ ਰਾਬਤਾ ਕਰਾਉਣਾਂਗੇ ਨਾਲ ਹੁਣ ਤੁਸੀਂ ਆਪਣੇ ਪਿੰਡ ਦਾ ਕਿਹੜਾ ਵਿਊ ਵੇਖਣਾ ਚਾਹੁੰਦੇ ਹੋ ਕੀ ਵੇਖਣਾ ਚਾਹੁੰਦੇ ਹੋ ਚਲੋ ਠੀਕ ਹੈ ਅਸੀਂ ਪਿੰਡ ਦਾ ਚਾਰ ਫੇਰਾ ਜਿਹੜਾ ਤੁਹਾਨੂੰ ਇੱਕ ਉੱਚੀ ਬਿਲਡਿੰਗ 'ਤੇ ਚੜ੍ਹ ਕੇ ਸਾਰੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਿੰਦੇ ਹਾਂ ਫਿਰ ਠੀਕ ਹੈ ਅਤੇ ਬਜ਼ੁਰਗ ਕਹਿੰਦੇ ਨੇ ਤੁਸੀਂ ਆਓ ਜਨਾਬ ਤਾਂ ਪੂਰੀ ਪੂਰਾ ਇਲਾਕਾ ਵੇਖੇਗਾ ਤੁਹਾਡਾ ਇਸਤਕਬਾਲ ਆਇੰਦਾ ਕਰਾਂਗੇ ਇਹ ਨੇ ਜੀ ਉਹਨਾਂ ਦੀ ਹਾਂਜੀ ਹਾਂਜੀ ਕਹਾ ਦਿੱਤਾ ਹੋ ਜੀ ਹੋਰ ਠੀਕ ਹੋ ਹੋਰ ਪੁੱਤਰ ਸਭ ਖਰੀਏ ਤੇ ਉਹਦਾ ਸ਼ੁਕਰ ਹੈ ਬੱਚਿਆਂ ਦੀ ਠਾਓ ਬਸ ਉਹ ਰਾਤ ਦਾ ਸ਼ੁਕਰ ਹੈ ਕਦੀ ਪੰਜਾਬ 'ਚ ਵੀ ਆ ਕੇ ਵਿਖਾ ਹੜਵਾ ਨੂੰ ਕਿਹਦਾ ਆਈ ਤਾਂ ਆ ਜਾਵਾਂਗੇ ਜੇ ਸਾਨੂੰ ਕਿਤੇ ਕੋਈ ਪੂਰਾ ਸਬੂਤ ਦਿਓਗੇ ਤਾਂ ਆ ਜਾਵਾਂਗੇ ਅਸੀਂ ਸਾਨੂੰ ਏਡਾ ਕੋਈ ਨਹੀਂ ਪੈਸੇ ਨਾ ਪਿਆਰ ਕਾਟ ਹੀ ਆ ਨਾ ਦੋਸਤਾਂ ਦਾ ਹੱਥਾ ਬਣ ਜਾਗਾ ਮੈਨੂੰ ਜਨਾਬ ਦੀ ਮੁਹੱਬਤ ਹੈ ਜੀ ਕੋਈ ਗੱਲ ਨਹੀਂ ਤਾਬੇਦਾਰ ਜਨਾਬ ਤੁਹਾਡੇ ਸਾਡੇ ਤੇ ਕੰਮ ਹੀ ਆਹੀ ਹੈ ਬਸ ਦਿਲ ਨੂੰ ਦਿਲਾਂ ਨਾਲ ਮਿਲਾਉਣਾ ਬਸ ਛੁੱਟੀ ਕਰ ਗਏ ਨੇ ਜ਼ਰੂਰ ਜਨਾਬ ਤੁਸੀਂ ਬਸ ਦੱਸਣਾ ਸਾਨੂੰ ਅਤੇ ਅਸੀਂ ਆਪ ਜ਼ਰੂਰ ਆਪ ਹੀ ਨਾਲ ਲੈ ਕੇ ਆਵਾਂਗੇ ਉੱਥੇ ਕਰਤਾਰਪੁਰ ਉੱਥੇ ਤੁਹਾਡੇ ਫਿਰ ਇੱਕ ਵਾਰੀ ਸਾਂਝ ਤੇ ਤੁਹਾਡੀ ਤਾਜ਼ਾ ਕਰਾਂਗੇ ਠੀਕ ਹੈ ਜੀ ਹੁਣ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਤੁਹਾਡੀਆਂ ਉਹ ਗਲੀਆਂ ਦਾ ਵਿਊ ਥੋੜ੍ਹਾ ਜਿਹਾ ਠੀਕ ਹੈ ਸਲਾਮ ਕਰਕੇ ਓਕੇ ਜੀ ਓਕੇ ਓਕੇ ਕਰਕੇ ਲਾਉਣਾ ਅੱਛਾ ਬਾਬਾ ਜੀ ਤੁਹਾਡੀ ਆਵਾਜ਼ ਤੁਹਾਡੇ ਦੋਸਤਾਂ ਤੱਕ ਜਾਣੀ ਹੈ ਜੀ ਠੀਕ ਹੈ ਉਹਨਾਂ ਨੂੰ ਕੀ ਸੁਣਾ ਦੇਣਾ ਚਾਹੋਗੇ ਉਹਨਾਂ ਸੁਣਾ ਹੀ ਦਿੰਦੇ ਆ ਵੀ ਜੇ ਕੋਈ ਤੁਹਾਡੇ ਢਿੱਡ ਵਿੱਚ ਤਕਲੀਫ ਹੈ ਨਾ ਸਾਨੂੰ ਤੁਹਾਡੇ ਨਾਲੋਂ ਜ਼ਿਆਦਾ ਹੋਏ 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 ਅਗਰ ਤੁਸੀਂ ਸਾਨੂੰ ਕਦੇ ਮੁਲਾਕਾਤ ਕਰੋ ਜਾਂ ਕੋਈ ਟਾਈਮ ਦਿਓ ਤਾਂ ਅਸੀਂ ਤੁਹਾਨੂੰ ਬੰਨੂ ਗੱਡੀਆਂ ਨੇ ਭਾ ਕੇ ਪਿੰਡ ਜਾਵਾਂਗੇ ਹਾਥ ਪਾ ਕੇ ਕੀ ਬਾਤ ਹੈ ਜਨਾਬ ਜੀ ਲਵੇਰਾ ਪਿੰਡ ਦੇ ਸਰਦਾਰ ਜਾਂ ਬ੍ਰਹਿਮਨ ਜਿਹੜੇ ਵੀ ਇੱਥੋਂ ਗਏ ਨੇ ਤੁਸੀਂ ਆ ਬਜ਼ੁਰਗਾਂ ਦੀ ਜ਼ਬਾਨੀ ਆਪ ਸੁਣ ਸਕਦੇ ਹੋ ਜੀ ਅਗਰ ਇਸ ਪਿੰਡ ਆਉਣਾ ਚਾਹੁੰਦੇ ਤੇ ਉਹਨਾਂ ਦੀ ਆਪ ਭਗਤ ਕਰੋਗੇ ਬਿਲਕੁਲ ਜਨਾਬ ਉਹਨਾਂ 2-4 ਮੀਲ ਤੋਂ ਦੂਰੋਂ ਗੱਡੀਆਂ ਹੀ ਭਾ ਕੇ ਕਰ ਲਿਆਵਾਂਗੇ
पूरे दुल्हे की तरह है जी आप ऐसी कोई गल नहीं लवेरा पिंड दे सिख सरदार सारे तुसी सुन सकते हो जिन्नी तुहाडे दिल विच तमन्ना दे तड़पे उस तो कई गुना ज्यादा इन्हां दे दिल विच भी तमन्ना दे तड़पे और तुहाडियां उन्हां गल्लां नूं लै के अज तक भी उह चेते ने उन्हां नूं गल्लां अगर तुहाडे विचों कोई पुराना बंदा होए 47 तों पहलां दा उहनूं पुछ सकदे हो कि जीवां ते अल्लाह बख्शा सन ठीक है ठीक है जरूर जरूर तुहाडी आवाज जाएगी उन्हां तक अगर तुहानू कोई पुराना बंदा तुहाडा 47 तों पहला बीबी जां कोई बंदा होए उहनूं तुसीं पुछो ठीक है जां घमियार किसे नूं पुछो जी जी ਕਿਉਂਕਿ ਪੁਰਾਣਾ ਬੰਦਾ ਤੁਹਾਡਾ ਹੈ ਪਿਛਲਾ ਉਹਨੂੰ ਪੁੱਛੋ ਵੀ ਫਲਾਣਾ ਘਰ ਜਿਹੜਾ ਸੀ ਫਲਾਣੇ ਫਲਾਣੇ ਥਾਂ ਵਾਲਾ ਉਹ ਕਿਸ ਹਾਲਾਤ ਦਾ ਸੀ ਠੀਕ ਹੈ ਉਹ ਆਪੇ ਤੁਹਾਨੂੰ ਦੱਸ ਦੇਣਗੇ ਭਾਈ ਕੀ ਸ਼ਾਇ ਵਾਂ ਜਾਂ ਕੀ ਨਹੀਂ ਬਿਲਕੁਲ ਜੀ ਬਿਲਕੁਲ ਜਾਂ ਕਿਹੋ ਜਿਹੇ ਆ ਜ਼ਬਰਦਸਤ ਜ਼ਬਰਦਸਤ ਜੀ ਬਾਬਾ ਜੀ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਸਾਡੇ ਨਾਲ ਸਾਂਝ ਪਾਈ ਪੂਰੀ ਅਤੇ ਤਰਲੋਕ ਸਿੰਘ ਸਾਹਿਬ ਤੁਹਾਨੂੰ ਸਪੈਸ਼ਲੀ ਡੈਡੀਕੇਟ ਕੀਤਾ ਗਿਆ ਐਪੀਸੋਡ ਔਰ ਅਸੀਂ ਤੁਹਾਡਾ ਉਹ ਘਰ ਬਾਰ ਉਹ ਤਾਂ ਯਕੀਨਨ ਨਹੀਂ ਰਹੇ ਲੇਕਿਨ ਉਹ ਗਲੀਆਂ ਉਹ ਕੁਛ ਚੰਦ ਨਿਸ਼ਾਨੀਆਂ ਉਹ ਛੱਪੜ ਅਸੀਂ ਜਿੱਥੇ ਤੁਹਾਡੇ ਬਾਪ ਦਾਦਾ ਖੇਡਦੇ ਰਹੇ ਅਸੀਂ ਤੁਹਾਨੂੰ ਗਲੀਆਂ ਦੇ ਥੋੜ੍ਹੇ ਜਿਹੇ ਨਜ਼ਾਰੇ ਦਿਖਾਵਾਂਗੇ ਅਤੇ ਇਹ ਬਾਬੇ ਜੁਰਾਂ ਦੀ ਗੱਲਬਾਤ ਜਿਹੜੀ ਨਾ ਇਨਸ਼ਾਅੱਲਾ ਸਰਹੱਦ ਪਾਰ ਜਾਏਗੀ ਅਤੇ ਲਵੇਰੇ ਪਿੰਡ ਦੇ ਜਿਹੜੇ ਸਾਨੂੰ ਜੱਦੀ ਰਹਿਣ ਵਾਲੇ ਇੱਥੋਂ ਦੇ ਉਹਨਾਂ ਤੱਕ ਜ਼ਰੂਰ ਆਵਾਜ਼ ਪਹੁੰਚੇਗੀ ਅਤੇ ਫਿਰ ਇਨਸ਼ਾਅੱਲਾ ਸਾਡੇ ਨਾਲ ਰਾਬਤਾ ਕਰਨਗੇ ਅਤੇ ਅਸੀਂ ਜਿਹੜੇ ਨਾ ਫਿਰ ਬਾਬਾ ਜੀ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਬਹੁਤ ਸ਼ੁਕਰੀਆ ਬਾਬਾ ਜੀ ਸਾਹਮਣੇ अगर आपने अभी तक हमारा चैनल सब्सक्राइब नहीं किया तो अभी सब्सक्राइब करें और बेल आइकॉन को क्लिक करके हमारी लेटेस्ट वीडियोस के बारे में अपडेट जानें।